ਹਾਜ਼ਰ ਚੱਜਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮੇਰੀ ਸ਼ਾਹ ਟੀਵੀ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹਰਮਨ ਸਿੰਘ ਜੀ ਨਾਲ ਨੇ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਹੀ ਵਧੀਆ ਅੱਛੇ ਹਾਂ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜਿੰਦਗੀ ਦੀ ਜਿੰਦਾਬਾਦ ਰਾਣਾ ਸਾਹਿਬ ਜੱਚ ਰਹੇ ਹੋ ਬੜੀ ਮਿਹਰਬਾਨੀ ਮੌਸਮ ਕਿਵੇਂ ਚੱchn wali gal taaj base koi hai ni ji leede ohi jide pehla bahut var paaye haa fark ki pya ਵੈਸੇ ਹੀ ਪਤਾ ਨਹੀਂ ਲੱਗ ਰਿਹਾ ਅੱਜ ਅੱਛਾ ਜੱਚ ਰਹੇ ਹਾਂ ਨਾਤਾ ਧੋਤਾ ਜਿਹਾ ਲੱਗਦਾ ਅੱਜ ਸਿੱਧਾ ਕੋਕ ਨਹੀਂ ਨਹੀਂ ਜੱਚ ਰਹੇ ਹਾਂ ਬਸ ਗੱਲ ਇੱਥੇ ਮੁੱਕ ਗਈ ਕਿ ਮਿਹਰਬਾਨੀ ਹੋਰ ਸੁਣਾਓ ਮੌਸਮ ਕਿਵੇਂ ਹੈ ਮੌਸਮ ਵੀ ਬੜਾ ਗਰਮ ਹੋ ਗਿਆ ਤੇ ਮੈਂ ਹੁਣੇ ਰਿਪੋਰਟ ਪੜ੍ਹੀ ਹੈ ਵੀ 31 ਮਈ ਤੱਕ ਪੰਜਾਬ ਦੇ ਵਿੱਚ ਅੱਤ ਕਰਾਉਣ ਦੀ ਗਰਮੀ ਪੈਣੀ ਆ 41 42 ਤੱਕ ਜਿਹੜਾ ਉਹਦਾ ਤਾਪਮਾਨ ਇਹ ਜਾਣਾ ਤੇ ਜਿਹੜਾ ਹੁਣ ਮੀਂਹ ਕਣੀ ਵਾਲਾ ਤੇ ਬੱਦਲਵਾਈ ਵਾਲਾ ਮੌਸਮ ਪਿੱਛੇ ਰਹਿ ਗਿਆ ਤੇ ਹੁਣ ਅਗਲੇ ਹਫਤੇ ਦੇ ਵਿੱਚ ਪੂਰੀ ਸਿਖਰ ਦੇ ਉੱਤੇ ਗਰਮੀ ਰਹਿਣੀ ਹੈ ਕੋਈ ਪਤਾ ਨਹੀਂ ਟਾਣਾ ਸਾਹਿਬ ਇਹ ਕਹਿੰਦਾ ਹੀ ਨਹੀਂ ਵੀ ਸਿਖਰ ਤੇ ਗਰਮੀ ਰਹੇਗੀ ਕਿਉਂਕਿ ਤੁਹਾਨੂੰ ਚੇਤਾ ਹੋਏਗਾ ਕਿ ਪਿਛਲੇ ਹਫਤੇ ਦੀ ਜਿਹੜੀ ਮੌਸਮ ਦੀ ਭਵਿੱਖਬਾਣੀ ਸੀ ਉਹਦੇ 'ਚ ਇਹ ਕਿਹਾ ਗਿਆ ਸੀ ਕਿ ਮੀਂਹ ਪਊਗਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਊਗਾ ਦੋ ਦਿਨ ਤੱਕ ਬਹੁਤ ਜ਼ਿਆਦਾ ਕਹਿਰ ਦਾ ਮੀਂਹ ਪਊਗਾ ਪਰ ਕੁਛ ਵੀ ਨਹੀਂ ਹੋਇਆ ਇਹਨੇ ਕੁਛਕ ਹਲਕੋ ਮੇ ਪੜਾ ਹੈ ਉਹੀ ਵੀ ਕਹਿ ਰਹੀਆਂ ਉਹਨਾਂ ਨੇ ਕਿਹਾ ਸੀ ਪੂਰੇ ਪੰਜਾਬ 'ਚ ਹਨਾ ਉਹ ਕੁਛਕ ਥਾਵਾਂ ਤੇ ਜਿਹੜਾ ਪਿਆ ਉਹਨੂੰ ਤਾਂ ਚਲੋ ਠੀਕ ਹੈ ਪੈ ਗਿਆ ਪੈ ਗਿਆ ਪਰ ਪੂਰੇ ਪੰਜਾਬ 'ਚ ਨਹੀਂ ਪਿਆ ਅੱਛਾ ਜੀ ਤੇ ਆਪਾਂ ਚਾਹਦੇ ਵਿਚਾਰ ਦੀ ਸਾਂਝ ਪਾਈਏ ਜਿਹੜਾ ਵਿਚਾਰ ਨਾ ਹੁਣ ਧਿਆਨ ਨਾਲ ਸੁਣਿਓ ਤਾਂ ਸਾਡੇ ਜਿਹੜੇ ਦਰਸ਼ਕ ਨੇ ਉਹ ਵੀ ਪੂਰੀ ਗੌਰ ਦੇ ਨਾਲ ਸੁਣਨ ਜ਼ਰੂਰ ਕਿ ਸੁੱਤੀ ਪਈ ਜਨਤਾ ਤੇ ਡਰੀ ਹੋਈ ਵਿਰੋਧੀ ਧਿਰ ਤੇ ਵਿਕਿਆ ਹੋਇਆ ਪੱਤਰਕਾਰ ਇਹ ਤਿੰਨੇ ਹੀ ਦੇਸ਼ ਦੇ ਲਈ ਬੜੇ ਖਤਰਨਾਕ ਹੁੰਦੇ ਆ ਬੜੇ ਘਾਤਕ ਸਿੱਧ ਹੁੰਦੇ ਆ ਇਹਨਾਂ ਦੇ ਕਰਕੇ ਹੀ ਦੇਸ਼ ਦੇ ਵਿੱਚ ਬਹੁਤ ਵੱਡੇ ਪੁਆੜੇ ਪੈਂਦੇ ਆ ਕਿਉਂਕਿ ਇਹਨਾਂ ਦੇ ਕਰਕੇ ਹੀ ਸੱਤਾਧਾਰੀ ਧਿਰ ਨੇ ਸਹੀ ਤਰੀਕੇ ਨਾਲ ਕੰਮ ਕਰਨਾ ਹੁੰਦਾ ਪਰ ਜਦੋਂ ਇਹ ਤਿੰਨੀ ਹੀ ਆਪਦੀਆਂ ਅੱਖਾਂ ਬੰਦ ਕਰ ਲੈਂਦੇ ਆ ਵੱਖੋ ਵੱਖਰੀਆਂ ਮਜਬੂਰੀਆਂ ਕਰਕੇ ਸੱਚ ਤੋਂ ਪਾਸਾ ਵਟ ਲੈਂਦੇ ਆ ਫਿਰ ਸੱਤਾਧਾਰੀ ਧਿਰ ਨੂੰ ਉਹ ਕਰਨ ਦਾ ਮੌਕਾ ਮਿਲਦਾ ਜਿਹੜਾ ਦੇਸ਼ ਪੱਖੀ ਨਹੀਂ ਹੁੰਦਾ ਬਿਲਕੁਲ ਸਹੀ ਆ ਔਰ ਇਹਨਾਂ ਚੀਜ਼ਾਂ ਦੀ ਇਹਨਾਂ ਗੱਲਾਂ ਦੀ ਉਦਾਹਰਣ ਸਾਨੂੰ ਅੱਜ ਅਖਬਾਰਾਂ ਦੇ ਵਿੱਚ ਵੇਖਣ ਨੂੰ ਮਿਲ ਜਾਂਦੀ ਹੈ ਅੱਜ ਜਿਹੜੇ ਕੁਝ ਕੁ ਪੱਤਰਕਾਰ ਜਿਹੜੇ ਵਾਕਈ ਤਨਦੇਹੀ ਦੇ ਨਾਲ ਸਾਫ਼ ਸੁਥਰੀ ਪੱਤਰਕਾਰਤਾ ਕਰਦੇ ਪਏ ਨੇ ਉਹਨਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਪੜ ਕੇ ਤੁਹਾਨੂੰ ਵਾਕਈ ਪਤਾ ਲੱਗ ਜਾਂਦਾ ਕਿ ਕਿਵੇਂ ਵਾਪਰਦੇ ਆ ਦੇਖਿਆ ਹੋਇਆ ਪੱਤਰਕਾਰ ਉਵੇਂ ਨਹੀਂ ਹੁੰਦਾ ਜਿਵੇਂ ਆਪਾਂ ਬੈਠ ਕੇ ਬਣਾ ਲੈਂਦੇ ਆ ਇਹ ਤਾਂ ਵੇਖਿਆ ਲੱਗਦਾ ਮੈ ਕਿਆ ਹੋਇਆ ਓਵੇਂ ਹੁੰਦਾ ਜਿਵੇਂ ਕਿ ਸਮੂਹ ਕਵੇ ਨਾ ਕਿ ਕੁਝ ਕੁ ਲੋਕ ਕਹਿਣ ਹੁਣ ਦੇਖੋ ਮੰਨ ਲਓ ਤੁਸੀਂ ਕਿਸੇ ਸਿਆਸੀ ਪਾਰਟੀ ਦੇ ਉੱਤੇ ਕੋਈ ਖਬਰ ਪੇਸ਼ ਕਰਦੇ ਆ ਤਾਂ ਜਿਹੜੇ ਉਹਦੇ ਪ੍ਰਸ਼ੰਸਕ ਨੂੰ ਵਿੱਕ ਗਿਆ ਤੁਸੀਂ ਦੂਜੀ ਦੀ ਗੱਲ ਕਰਦੇ ਹੋ ਵੇ ਭਾਈ ਇਹਨੇ ਆ ਕੰਮ ਕੀਤਾ ਫਿਰ ਉਹ ਕਹ ਲੰਦੇ ਇਹਦਾ ਫਰਲਾ ਨਹੀਂ ਖਰੀਦ ਲਿਆ ਵੀ ਇਹ ਜਿਹੜੇ ਸਰਟੀਫਿਕੇਟਾਂ ਵਾਲੀ ਗੱਲ ਨਹੀਂ ਤੁਹਾਡੇ ਕਰਕੇ ਵੀ ਅਸਲ ਪੱਤਰਕਾਰਤਾ ਦਾ ਨੁਕਸਾਨ ਹੁੰਦਾ ਸੱਚ ਹੈ ਸੱਚੀ ਪੱਤਰਕਾਰਤਾ ਦਾ ਨੁਕਸਾਨ ਹੁੰਦਾ ਕਿਉਂਕਿ ਸੱਚ ਤਾਂ ਸਭ ਨੂੰ ਪਸੰਦ ਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਉਹ ਸੱਚ ਪਸੰਦ ਕਰਦੇ ਜਿਹੜਾ ਉਹਨੂੰ ਨਿੱਜੀ ਤੌਰ ਤੇ ਚੰਗਾ ਲੱਗਦਾ ਵੀ ਯਾਰ ਮੇਰੀ ਪਾਰਟੀ ਇਓਂ ਆ ਫਿਰ ਜੇਕਰ ਇਉਂ ਕਿਹਾ ਜਾਊਗਾ ਫਿਰ ਸੱਚ ਆ ਜੀ ਤੁਸੀਂ ਕਿਸੇ ਵੀ ਪਾਰਟੀ ਦੇ ਸਮਰਥਕ ਹੋ ਸਕਦੇ ਹੋ ਤੁਹਾਨੂੰ ਕੋਈ ਵੀ ਲੀਡਰ ਕੋਈ ਵੀ ਬੰਦਾ ਚੰਗਾ ਲੱਗਦਾ ਹੋ ਸਕਦਾ ਹੈ ਪਰ ਉਹਦੇ ਬਾਰੇ ਵਿੱਚ ਕਦੇ ਵੀ ਆਪਣੀਆਂ ਅੱਖਾਂ ਆਪਣਾ ਨੱਕ ਕੰਨ ਸਾ ਦਿਮਾਗ ਆਪਣਾ ਬੰਦ ਕਰਕੇ ਨਾ ਸੁਣੋ ਸਮਝੋ ਬਲਕਿ ਸਾਰੇ ਜਿਹੜੇ ਅੰਗ ਨੇ ਇਹਨਾਂ ਨੂੰ ਖੋਲ ਕੇ ਰੱਖੋ ਧਿਆਨ ਦੇ ਨਾਲ ਸੋਚੋ ਵਿਚਾਰੋ ਕਿ ਉਹ ਬੰਦਾ ਕਿੱਥੇ ਸਹੀ ਆ ਕਿੱਥੇ ਗਲਤ ਆ ਸਹੀ ਨੂੰ ਸਹੀ ਕਹਿਣਾ ਸਿੱਖੋ ਤੇ ਗਲਤ ਨੂੰ ਗਲਤ ਕਹਿਣਾ ਸਿੱਖੋ ਮੈਨੂੰ ਨਾ ਇੱਕ ਅਮਰੀਕਾ ਦੇ ਵਿੱਚੋਂ ਇੱਕ ਦਰਸ਼ਕ ਦਾ ਫੋਨ ਆਇਆ ਜੀ ਮੈਨੂੰ ਕਹਿੰਦੇ ਦੇਖੋ ਜੀ ਫਲਾਣੀ ਪਾਰਟੀ ਦੇ ਤਾਂ ਲਹਿਰਾ ਬਹਿਰਾ ਆਪਾਂ ਗੱਲ ਕਰਸ ਦੀਆਂ ਪੰਜਾਬ ਦੇ ਵਿੱਚ ਕੋਈ ਸਮੱਸਿਆ ਨਹੀਂ ਤੇ ਮੈਂ ਕਿਹਾ ਉਹ ਜਦੋਂ 5 ਸਾਲ ਸੀ ਜਾਂ ਉਹ ਜਦੋਂ ਸਮਾਂ ਨਿਕਲਿਆ ਤੁਸੀਂ ਉਦੋਂ ਕਿੱਥੇ ਸੀ ਕਹਿੰਦੇ ਮੈਂ ਇੱਥੇ ਹੀ ਸੀ ਮੈਂ ਕਿਹਾ ਇੱਥੇ ਕਿਉਂ ਨਾ ਆ ਕੇ ਅਨੰਦ ਮਾਣਿਆ ਤੁਸੀਂ ਪੰਜਾਬ ਦੇ ਵਿੱਚ ਆ ਕੇ ਉਦੋਂ ਪੂਰਾ ਸਮਾਂ ਕੱਢਦੇ ਤੁਸੀਂ ਕਹਿੰਦੇ ਵੀ ਮੈਨੂੰ ਤਾਂ ਅਮਰੀਕਾ ਭੁੱਲ ਗਿਆ ਜੀ ਜੇਕਰ ਲੋਕ ਇੱਥੇ ਪਰੇਸ਼ਾਨ ਨਾ ਤੇ ਆਪਾਂ ਦੂਰ ਬੈਠ ਕੇ ਨਾ ਗੱਲ ਕਰਕੇ ਵੀ ਲੋਕ ਝੂਠੇ ਆ ਤੁਸੀਂ ਇਹ ਗੱਲ ਕਹੋ ਵੀ ਭਾਈ ਜਿਹੋ ਜੇ ਰਾਜ ਦੇ ਵਿੱਚ ਮੈਂ ਰਹਿਣਾ ਜਿਹੋ ਜੇ ਦੇਸ਼ 'ਚ ਮੈਂ ਰਹਿਣਾ ਜਿਹੋ ਦੀਆਂ ਰਾਜਨੀਤਿਕ ਪਾਰਟੀਆਂ ਇਥੋਂ ਦੀਆਂ ਇਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਜਾਓ ਤੇ ਬਾਹਰ ਜਾ ਕੇ ਪੰਜਾਬ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਨਾ ਕਰੋ ਰਾਜਨੀਤਿਕ ਤੌਰ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੇ ਹੁਣ ਮੇਰੇ ਵਾਲੇ ਚਾਹੀਦੇ ਵਿਚਾਰ ਦੇ ਤਹਿਣਾ ਸਾਹਿਬ ਸਾਂਝ ਪਾਉਨੇ ਆ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਪੱਛਦਾ ਨਹੀਂ ਕਿ ਕੋਈ ਚੰਗਾ ਕੰਮ ਕਰ ਰਿਹਾ ਹੋਏ ਪਰ ਜਿਹਨੇ ਚੰਗਾ ਕਰਨਾ ਉਹ ਕਰਕੇ ਹੀ ਰਿਹਾ ਤੇ ダイ ਹਾਲਾਤ ਜਿਹੋ ਜੇ ਮਰਜ਼ੀ ਹੋਣ ਹਨਾ ਕਹਿੰਦੇ ਆ ਕਿ ਉੱਲੂ ਤੇ ਚਮਗਿੱਦੜ ਨੂੰ ਸੂਰਜ ਪਸੰਦ ਨਹੀਂ ਉੱਲੂ ਤੇ ਚਾਮਟੜਕ ਨੂੰ ਸੂਰਜ ਪਸੰਦ ਨਹੀਂ ਪਰ ਇਹਦੇ ਨਾਲ ਸੂਰਜ ਨੂੰ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਸਹੀ ਗੱਲ ਆ ਜੀ ਉਹਨੇ ਆਪਣੇ ਵੇਲੇ ਮੁਤਾਬਕ ਚੜਨਾ ਉਹਨੇ ਆਪਦੇ ਵੇਲੇ ਮੁਤਾਬਕ ਛੁਪ ਜਾਣਾ ਲੁਕ ਜਾਣਾ ਤੇ ਜਦੋਂ ਇਧਰੋਂ ਲੁਕਦਾ ਉਹ ਕਿਸੇ ਨਾ ਕਿਸੇ ਹੋਰ ਦੇਸ਼ ਦੇ ਵਿੱਚ ਚੜ ਜਾਂਦਾ ਸਾਡੇ ਦੇਸ਼ ਦੇ ਵਿੱਚ ਹੋਰ ਗੱਲਾਂ ਸਾਡੇ ਤਾਂ ਇੱਥੇ ਕਹਿੰਦੇ ਵੀ ਪਾਈ ਟਟਰੀਓਗੋ ਨਾ ਜਵੇ ਲੱਤਾਂ ਤਾਂ ਕਰਕੇ ਉਹ ਕਹਿੰਦੇ ਨਹੀਂ ਵੀ ਮੇਰੀਆਂ ਲੱਤਾਂ ਤੇ ਅਸਮਾਨ ਟਿਕਿਆ। ਕਈ ਲੋਕ ਇਉਂ ਸੋਚਦੇ ਆ ਵੀ ਆਹ ਲੱਤਾਂ ਹੀ ਆ ਮਜ਼ਬੂਤ ਜਿਹਦੇ ਕਰਕੇ ਨਾ ਧਰਤੀ ਟਿੱਕੀ ਵੀ ਆ ਅਸਮਾਨ ਟਿਕਿਆ ਵਿਆ। ਮੈਂ ਹੈਰਾਨ ਹੁੰਨਾ ਵੀ ਯਾਰ ਇਉਂ ਨਹੀਂ ਹੁੰਦਾ। ਇਹ ਤੁਹਾਡੇ ਪਿੰਡੋਂ ਹੀ ਆਇਆ ਸੀ ਚੰਗਾ ਵਿਚਾਰ। ਅੱਛਾ ਇਸ ਲਈ ਮੈਂ ਸਾਂਝਾ ਕਰਤਾ। ਕਿੱਥੋਂ ਆ ਗਿਆ? ਇਹ ਟਹਨੇ ਤੋਂ। ਵਾਹ। ਹਾਂ। ਤੁਮਾਲ ਕਰਤੀ। ਬਹੁਤ ਸੋਹਣਾ ਚੰਗਾ ਵਿਚਾਰ ਸੀ। ਤੇ ਪੂਰੇ ਪੰਜਾਬ ਦੇ ਪਿੰਡ ਤੇ ਹਰ ਥਾਂ ਦੇ ਪਿੰਡ ਜਿੰਦਾਬਾਦ। ਬਿਲਕੁਲ ਸਹੀ। ਚੰਗਾ ਵਿਚਾਰ। ਹਰਮਨ ਜੀ ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਬਾਹਰਲੇ ਮੁਲਕ ਦੇ ਵਿੱਚ ਚਲਾ ਗਿਆ। ਜੀ ਉੱਥੇ ਨਾ ਉਹ ਇੱਕ ਸਟੋਰ 'ਚ ਚਲਾ ਗਿਆ ਵੀ ਭਾਈ ਮੈਨੂੰ ਕੰਮ ਤੇ ਰੱਖ ਲਓ। ਹੂੰ ਉਹ ਸਟੋਰ ਦਾ ਮਾਲਕ ਕਹਿੰਦਾ ਵੀ ਭਾਈ ਹੁਣ ਸਾਨੂੰ ਬੰਦੇ ਦੀ ਲੋੜ ਦੇਗੀ। ਜਦੋਂ ਲੋੜ ਹੋਈ ਤੁਸੀਂ ਆਵਦਾ ਨਾ ਸਾਨੂੰ ਬਾਇਓ ਡਾਟਾ ਜੀਵਨ ਬਿਉਰਾ ਦੇਜੋ। ਹੂੰ ਕੰਮ ਕਾਜ ਕੀ ਹੋ ਜੇ ਕੀਤੇ ਆ ਭਾਰਤ ਦੇ ਵਿੱਚ ਰਹਿੰਦੇ ਆ ਸਾਨੂੰ ਦੱਸ ਦਿਓ ਉਹਦੇ ਬਾਰੇ। ਪਰ ਉਹ ਕਹਿੰਦਾ ਦੇਖੋ ਮੇਰੀ ਬੇਨਤੀ ਮੈਨੂੰ ਰੱਖ ਲਓ। ਮੈਨੂੰ ਜ਼ਰੂਰਤ ਆ ਮੈਂ ਸੰਘਰਸ਼ ਕਰ ਰਿਹਾ ਇੱਥੇ। ਜੀ ਲਓ ਜੀ ਉਹਨਾਂ ਨੇ ਰੱਖ ਲਿਆ। ਉਹ ਕਹਿੰਦਾ ਦੇਖੋ ਜੀ ਵੱਧ ਤੋਂ ਵੱਧ ਸੇਲ ਕਰਨੀਆਂ, ਚੀਜ਼ਾਂ ਮੈਂ ਕਮਾਲਾ ਕਰ ਦੋ ਚਲੋ ਲਓ ਜੀ ਪਹਿਲੇ ਹੀ ਦਿਨ ਜਦੋਂ ਆਥਣੇ ਆ ਕੇ ਮਾਲਕ ਨੇ ਪੁੱਛਿਆ ਵੀ ਤੂੰ ਕਿੰਨੇ ਗਾਹ ਕਪੋਤਾ ਹੈ ਕਹਿੰਦਾ ਇੱਕ ਕਹਿੰਦਾ ਬਸ ਇੱਕ ਨੋਆ ਦਸਾਂ ਘੰਟਿਆਂ ਦੇ ਵਿੱਚ ਇੱਕੋ ਹੀ ਹੂੰ ਕਹਿੰਦਾ ਇੱਥੇ ਘੱਟੋ ਘੱਟ 20 25 ਦਿਨ ਦੇ ਵਿੱਚ ਗਾਹ ਕਪੋਤਾਉਣੇ ਪੈਂਦੇ ਆ ਜੀ ਇਹ ਤੇਰੀ ਨੌਕਰੀ ਦੇ ਵਿੱਚ ਸ਼ਾਮਲ ਆ ਇਹ ਤੇਰਾ ਟਾਰਗੇਟ ਆ ਨਿਸ਼ਾਨਾ ਤੇਰਾ ਹੂੰ ਕਹਿੰਦਾ ਵੀ ਤੂੰ ਇੱਕ ਬੰਦੇ ਨੂੰ ਉਹਨੂੰ ਕੀ ਵੇਚਿਆ ਕਹਿੰਦਾ ਜੀ ਮੈਂ 80000 ਡਾਲਰ ਦਾ ਸਾਮਾਨ ਵੇਚਦਾ ਇੱਕ ਬੰਦੇ ਨੂੰ 80000 ਡਾਲਰ ਦਾ ਕਹਿੰਦਾ ਝੂਠ ਬੋਲਦਾ ਇਹ ਕਿਵੇਂ ਵੇਚਦਾ ਕਹਿੰਦਾ ਦੇਖੋ ਜੀ ਇੱਕ ਬੰਦਾ ਆਇਆ ਸੀ ਉਹ ਕਹਿੰਦਾ ਜੀ ਮੈਂ ਨਾ ਮੱਛੀ ਫੜਨ ਵਾਸਤੇ ਹੁੱਕ ਲੈਣੀ ਆ ਕਹਿੰਦਾ ਮੈਂ ਉਹਨੂੰ ਹੁੱਕ ਚੱਕ ਕੇ ਫੜਾਤੀ ਫਿਰ ਕਹਿੰਦਾ ਮੈਂ ਉਹਨੂੰ ਕਿਹਾ ਵੀ ਜੇਕਰ ਇਹ ਤਾਂ ਐਡੀ ਕ ਮੱਛੀ ਲਈ ਆ ਜੇ ਕਿਤੇ ਐਡੀ ਸਾਰੀ ਮੱਛੀ ਆ ਗਈ ਇਸ ਹੁੱਕ ਦੇ ਵਿੱਚ ਤਾਂ ਫੇਟੀ ਨਹੀਂ ਬਹਿਣੀ ਤੂੰ ਵੱਡੀ ਹੁੱਕ ਵੀ ਲੈ ਲਾ ਉਹ ਕਹਿੰਦਾ ਵੀ ਚਲ ਵੱਡੀ ਵੀ ਦੇ ਦੇ ਕਹਿੰਦਾ ਮੈਂ ਵੱਡੀ ਵੀ ਵੇਚਦੀ ਉਸ ਤੋਂ ਬਾਅਦ ਮੱਛੀ ਫੜਨ ਵਾਲਾ ਜਿਹੜਾ ਹੋਰ ਸਮਾਨ ਹੁੰਦਾ ਉਹ ਸਾਰਾ ਨਿੱਕ ਸੁੱਕ ਮੈਂ ਉਹਨੂੰ ਫੜਾਤਾ ਛੋਟੀ ਦਾ ਵੀ ਉਹ ਵੱਡੀ ਦਾ ਵੀ ਕਹਿੰਦਾ ਫੇਰ ਕਹਿੰਦਾ ਮੈਂ ਉਹਨੂੰ ਆਖਿਆ ਵੀ ਤੂੰ ਕਿਹੜੇ ਪਾਸੇ ਜਾ ਕੇ ਮੱਛੀਆਂ ਫੜਨੀਆਂ ਕਹਿੰਦਾ ਵੀ ਮੈਂ ਫਲਾਣੇ ਦਰਿਆ ਦੇ ਉੱਤੇ ਸਮੁੰਦਰ ਦੇ ਕੰਢੇ ਤੇ ਜਾਊਂਗਾ ਤੇ ਜੀ ਉੱਥੇ ਮੈਂ ਜਾ ਕੇ ਮੱਛੀਆਂ ਫੜੂਗਾ ਕਹਿੰਦਾ ਵੀ ਦੇਖੋ ਉਧਰ ਤਾਂ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਹੁੰਦੀਆਂ ਤੈਨੂੰ ਉਹਦੇ ਲਈ ਨਾ ਇੱਕ ਬੋਟ ਲੈਣੀ ਪੈਣੀ ਤੈਨੂੰ ਉਹਦੇ ਲਈ ਇੱਕ ਕਿਸ਼ਤੀ ਲੈ ਲੈਣੀ ਚਾਹੀਦੀ ਆ ਹੂੰ ਕਹਿੰਦਾ ਵੀ ਕਿਸ਼ਤੀ ਲੈਣੀ ਚਾਹੀਦੀ ਆ ਕਹਿੰਦਾ ਪਰ ਦੇ ਦੇ ਫਿਰ ਉਹ ਵੀ ਕਹਿੰਦਾ ਜਨਾਬ ਫਿਰ ਨਾ ਉਹਨੂੰ ਆਪਣੇ ਪਰਲੇ ਸਟੋਰ ਦੇ ਵਿੱਚ ਲੈ ਗਿਆ ਮੈਂ ਡਬਲ ਇੰਜਨ ਵਾਲੀ ਇੱਕ ਬਹੁਤ ਵੱਡੀ ਕਿਸ਼ਤੀ ਉਹਨੂੰ ਵੇਚਤੀ ਅੱਛਾ ਜੀ ਕਹਿੰਦਾ ਜਦੋਂ ਉਹਨੇ ਕਿਸ਼ਤੀ ਲੈ ਲਈ ਮੈਂ ਕਿਹਾ ਵੀ ਲੈ ਕੇ ਕੱਢ ਤੇ ਜਾਇਂਗਾ ਘਰੇ ਕਹਿੰਦਾ ਜੀ ਮੇਰੇ ਕੋਲੇ ਗੱਡੀ ਆ ਕਹਿੰਦਾ ਮੈਂ ਕਿਹਾ ਮੈਨੂੰ ਦਿਖਾ ਕਹਿੰਦਾ ਮੈਂ ਕਿਹਾ ਇਹ ਤਾਂ ਗੱਡੀ ਛੋਟੀ ਆ ਕਿਸ਼ਤੀ ਵੱਡੀ ਆ ਤੈਨੂੰ ਗੱਡੀ ਲੈਣੀ ਚਾਹੀਦੀ ਆ ਕਹਿੰਦਾ ਮੈਂ ਉਹਨੂੰ ਆਪਣੀ ਏਜੰਸੀ 'ਚ ਲੈ ਗਿਆ ਤੇ ਬਹੁਤ ਵੱਡੀ ਗੱਡੀ ਵੀ ਦੇਤੀ ਉਹਨੂੰ ਕਹਿੰਦਾ ਫਿਰ ਕਹਿੰਦਾ ਮੈਂ ਉਹਨੂੰ ਆਖਿਆ ਵੀ ਦੇਖੋ ਹੁਣ ਜਦੋਂ ਇੰਨਾ ਸਮਾਨ ਲੈ ਲਿਆ ਤੇ ਤੂੰ ਬ ਪੁਜੀਆ ਪਾਜੀਆ ਗਿਰੀਆਂ ਗੁਰੀਆਂ ਵੀ ਚਾਹੀਦੀਆਂ ਕਹਿੰਦਾ ਮੈਂ ਉਹ ਵੀ ਸਾਰਾ ਕੁਝ ਵੇਚਦਾ ਅੱਛਾ ਮਾਲਕ ਕਹਿੰਦਾ ਵੀ ਕਮਾਲ ਹੋ ਗਈ ਬੰਦਾ ਆਇਆ ਸੀਗਾ ਸਿਰਫ ਇੱਕ ਮੱਛੀ ਫੜਨ ਦੇ ਲਈ ਹੁਕ ਲੈਣ ਵਾਸਤੇ ਤੇ ਤੂੰ 80000 ਡਾਲਰ ਦਾ ਸਮਾਨ ਇਉਂ ਵੇਚਦਾ ਕਹਿੰਦਾ ਬਿਲਕੁਲ ਫੇਰ ਤੇਨਾਂ ਵੀ ਇੱਕ ਮੇ ਹੋ ਗਿਆ ਯਾਰ ਵੀ ਇਉਂ ਵੀ ਵੇਚ ਜੰਦਾ ਹੁੰਦਾ ਸਮਾਨ ਕਹਿੰਦਾ ਹਾਲੇ ਤਾਂ ਤੈਨੂੰ ਵਿਛਲੀ ਗੱਲ ਦਾ ਨਹੀਂ ਪਤਾਗਾ ਉਹ ਬੰਦਾ ਤਾਂ ਮੇਰੇ ਕੋਲ ਸਿਰ ਦੁਖ ਦੇ ਦੀ ਗੋਲੀ ਲੈਣ ਆਇਆ ਸੀ ਕਹਿੰਦਾ ਵੀ ਹੈ ਤੇ ਤੂੰ ਉਹਨੂੰ ਇੰਨਾ ਸਮਾਨ ਕਿਵੇਂ ਵੇਚਦਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਸਿਰ ਦੁਖ ਦੇ ਤੋਂ ਧਿਆਨ ਲਾਂਭੇ ਕਰਨ ਦੇ ਲਈ ਸਿਰ ਦੁਖਦਾ ਹਟਾਉਣ ਦੇ ਲਈ ਮੱਛੀ ਫੜਨਾ ਸਭ ਤੋਂ ਵਧੀਆ ਕੰਮ ਆ। ਉਥੋਂ ਕਿਹੜਾ ਮੈਂ ਸ਼ੁਰੂਆਤ ਕੀਤੀ। ਕਹਿੰਦਾ ਤੂੰ ਭਾਰਤ ਦੇ ਵਿੱਚ ਕੀ ਕੰਮ ਕਰਦਾ ਸੀ? ਕਹਿੰਦਾ ਮੈਂ ਨਾ ਇੱਕ ਨਿੱਜੀ ਹਸਪਤਾਲ 'ਚ ਡਾਕਟਰ ਸੀ। ਕੋਈ ਬੰਦਾ ਮਾੜੀ-ਮੋਟੀ ਵੀ ਬਿਮਾਰੀ ਵਾਲਾ ਆਇਆ ਸਾਡੇ ਕੋਲੇ ਵੀ ਮੇਰਾ ਸਿਰ ਦੁਖਦਾ, ਮੈਨੂੰ ਸਾਹ ਲੈਣ 'ਚ ਮਾੜੀ ਜਿਹੀ ਤਕਲੀਫ ਹੁੰਦੀ ਆ, ਮੇਰਾ ਜੀ ਕੰਨ ਦੁਖਦਾ। ਅਸੀਂ ਕਹਿੰਦੇ ਸੀ ਐਮ ਆਰ ਆਈ ਕਰਵਾ ਲਾ, ਈ ਸੀ ਜੀ ਕਰਵਾ ਲਾ, ਐਕਸ ਰੇ ਕਰਵਾ ਲਾ, ਫਲਾਣੀ ਚੀਜ਼ ਕਰਵਾ ਲਾ। ਕਹਿੰਦਾ ਅਸੀਂ ਉਹ ਵੀ ਕੁਝ ਕਰ ਦਿੰਦੇ ਸੀ ਜਿਹਦੇ ਕਦੇ ਲੋੜ ਹੀ ਨਹੀਂ ਪਈ। ਇਸੇ ਕਰਕੇ ਮੇਰਾ ਉਹ ਤਜਰਬਾ ਕੰਨਬੇ ਤੂੰ ਮੇਰੇ ਵਾਲੀ ਕੁਰਸੀ ਤੇ ਬੈਠ ਮੈਂ ਵੀ ਭਾਰਤ ਚ 6 ਮਹੀਨੇ ਲਾਈ ਜਾਵਾਂ। ਅਰੇ ਉਹ ਜੇ ਬੰਦੇ ਟਾਣਾ ਸਾਹਿਬ ਭਾਰਤ ਦੇ ਵਿੱਚ ਬਹੁਤੀਆਂ ਥਾਵਾਂ ਤੇ ਲੱਭ ਜਾਂਦੇ ਨੇ, ਕਈ ਦਫ਼ਤਰਾਂ ਚ ਲੱਭ ਜਾਂਦੇ, ਤੁਹਾਡੇ ਆਣ ਗੁਆਣ ਲੱਭ ਜਾਂਦੇ, ਤੁਹਾਡੀ ਰਿਸ਼ਤੇਦਾਰੀ ਲੱਭ ਜਾਂਦੇ ਨੇ। ਇਹੋ ਜੇ ਬੰਦਿਆਂ ਦਾ ਘਾਟਾ ਨਹੀਂ ਹੈ। ਬਿਲਕੁਲ ਗੱਲ ਸਹੀ ਹੈ ਤੇ ਇਹ ਵਿਅੰਗ ਦੱਸਣ ਦੇ ਲਈ ਕਾਫੀ ਹੈ ਕਿ ਭਾਰਤ ਦੇ ਵਿੱਚ ਨਿੱਜੀ ਹਸਪਤਾਲਾਂ ਦੇ ਵੱਡੇ ਹਿੱਸੇ ਨੇ ਕਿਵੇਂ ਲੁੱਟ ਮਚਾਈ ਹੈ। ਹੂੰ। ਇਹ ਵਿਅੰਗ ਦੱਸਣ ਦੇ ਲਈ ਕਾਫੀ ਹੈ ਕਿ ਸਾਡਾ ਦੇਸ਼ ਕਿਹੜੇ ਪਾਸੇ ਨੂੰ ਜਾ ਰਿਹਾ। ਮੇਰਾ ਇੱਕ ਜਾਣਕਾਰ ਆ ਉਹਨੇ ਦੱਸਿਆ ਮੇਰਾ ਬਾਪੂ ਨਾ ਬਿਮਾਰ ਹੋ ਗਿਆ ਮੈਂ ਲੈ ਗਿਆ ਮੁਹਾਲੀ ਦੇ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ 27 ਲੱਖ ਰੁਪਏ ਉਹਨੇ ਸਾਡੇ ਕੋਲੋਂ ਲੈ ਲਿਆ ਕਹਿੰਦਾ ਕੋਰੋਨਾ ਵੀ ਆ ਫਲਾਣੀ ਚੀਜ਼ ਵੀ ਆ ਫਲਾਣੀ ਚੀਜ਼ ਵੀ ਆ ਫਲਾਣੀ ਚੀਜ਼ ਵੀ ਆ ਡੇਢ ਮਹੀਨੇ ਦੇ ਵਿੱਚ 27 ਲੱਖ ਰੁਪਏ ਲੈ ਲਿਆ ਉਸ ਤੋਂ ਬਾਅਦ ਬਾਪੂ ਦੀ ਮੌਤ ਹੋ ਗਈ ਹੂੰ ਤੇ ਬਾਪੂ ਦੀ ਮੌਤ ਤੋਂ ਬਾਅਦ ਕਹਿੰਦੇ লাশ ਫੇਰ ਮਿਲੂਗੀ ਪਹਿਲਾਂ 6.5 ਲੱਖ ਰੁਪਈਆ ਹੋਰ ਦਿਓ ਕਹਿੰਦਾ ਮੈਂ ਕਿਹਾ ਮੇਰਾ ਬਾਪੂ ਤੁਸੀਂ ਰੱਖ ਲਓ ਘਰ ਮੈਂ ਵੇਚ ਚੁੱਕਿਆ ਹੁਣ ਮੈਂ ਕਿਹੜੇ ਪਾਸੇ ਜਾਵਾਂ ਹੂੰ ਤੁਸੀਂ ਮੇਰਾ ਬਾਪੂ ਰੱਖ ਲਓ ਤੁਸੀਂ ਮੇਰੇ ਬਾਪੂ ਨੂੰ ਜਿਉਂਦਾ ਨਹੀਂ ਛੱਡਿਆ ਸਾਡੇ ਘਰ ਨੂੰ ਤੁਸੀਂ ਨਹੀਂ ਛੱਡਿਆ ਹੁਣ ਮੈਂ ਕੀ ਕਰਾਂ ਤੁਹਾਡੇ ਲਈ ਡਾਕੇਮਾਰਾਂ ਏਟੀਐਮ ਪਟਾ ਪਤਾ ਨਹੀਂ ਟਾਣਾ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਕਿ ਇਹੋ ਜਿਹਾ ਕਿਹੋ ਜੀ ਮਾਨਸਿਕਤਾ ਦੇ ਹੁੰਦੇ ਨੇ ਇਹੋ ਜੇ ਲੋਕ ਜਿਹੜੇ ਕਿ ਮਰੀਆਂ ਦੇ ਉੱਪਰ ਵੀ ਆਹ ਕੁਛ ਕਰ ਦਿੰਦੇ ਨੇ ਹਨਾ ਮਤਲਬ ਅੱਜ ਦੇ ਟਾਈਮ ਦੇ ਵਿੱਚ ਸਾਰੇ ਡਾਕਟਰ ਇੱਕੋ ਜੇ ਨਹੀਂ ਬਹੁਤ سارے ਡਾਕਟਰ ਇਹੋ ਜੇ ਵੀ ਨਹੀਂ ਜਿਹੜੇ ਪੱਲਿਓ ਇਲਾਜ ਕਰ ਰਹੇ ਨੇ ਬਹੁਤ سارے ਡਾਕਟਰ ਇਹੋ ਜੇ ਵੀ ਨਹੀਂ ਜਿਹੜੇ ਮਰੀਜ਼ ਦੀ ਆਰਥਿਕਤਾ ਨੂੰ ਵੇਖਦੇ ਹੋਏ ਉਹ ਸਾਰਾ ਬਿੱਲ ਵੀ ਮਾਫ ਕਰ ਦਿੰਦੇ ਨੇ ਬਹੁਤ سارے ਡਾਕਟਰ ਇਹੋ ਜੇ ਵੀ ਨਹੀਂ ਜਿਹੜੇ ਕਿ ਪਹਿਲ ਮਰੀਜ਼ ਨੂੰ ਦਿੰਦੇ ਨੇ ਪੈਸੇ ਉਹ ਕਹਿੰਦੇ ਬਾਅਦ ਚ ਆ ਜਾਣਗੇ ਕੋਈ ਗੱਲ ਨਹੀਂ ਹਨਾ ਉਹ ਚੰਗੇ ਡਾਕਟਰ ਜਿਹੜੇ ਆ ਉਹ ਮਾੜਿਆਂ ਕਰਕੇ ਉਹ ਵੀ ਬਦਨਾਮ ਹੋ ਜਾਂਦੇ ਕਿਉ ਨੂੰ ਫਿਰ ਇੱਕੋ ਰਸੇ ਬੰਨ ਲੈਂਦੇ ਨੇ ਪੰਜਾਬ ਦੇ ਵਿੱਚ ਕਈ ਵੱਡੇ ਵੱਡੇ ਹਸਪਤਾਲ ਜਿਹੜੇ ਬਹੁਤ ਨਾਮਣੇ ਵਾਲੇ ਆ ਜਿਹੜੇ ਇਸ ਵਕਤ ਲੋਕਾਂ ਤੋਂ ਕਦੇ 50000 ਰੁਪਿਆ ਦੇਣ ਦਾ ਲੈ ਲਿਆ 60 ਲੈ ਲਿਆ 70 ਲੈ ਲਿਆ ਉਹਨਾਂ ਨੂੰ ਸਰਕਾਰਾਂ ਨੇ 1 ਰੁਪਿਆ ਏਕੜ ਦੇ ਉੱਤੇ ਜ਼ਮੀਨ ਦਿੱਤੀ ਹੋਈ ਆ ਜੀ ਕਿਸੇ ਨੂੰ ਕੁਝ ਦਿੱਤਾ ਹੋਇਆ ਕਿਸੇ ਨੂੰ ਕੁਝ ਦਿੱਤਾ ਹੋਇਆ ਵੀ ਤੁਸੀਂ ਐਨੇ ਫੀਸ ਦੀ ਗਰੀਬ ਲੋਕਾਂ ਦਾ ਇਲਾਜ ਕਰਨਾ ਮੁਫਤ ਦੇ ਵਿੱਚ ਪਰ ਉਹ ਕਿਸੇ ਨੂੰ ਕੁਝ ਨਹੀਂ ਦਿੰਦੇਗੇ ਨਾ ਨਾ ਉਹ ਸਿਰਫ ਤੇ ਸਿਰਫ ਲੁੱਟਣ ਦਾ ਕੰਮ ਕਰਦੇ ਆ ਉਹਨਾਂ ਦੀਆਂ ਇਮਾਰਤਾਂ ਜਿਹੜੀਆਂ ਉੱਚੀਆਂ ਹੁੰਦੀਆਂ ਨਾ ਤੇ ਡਾਕਟਰਾਂ ਨੇ ਜਦੋਂ ਘਟੀਆਂ ਬਦਲੀਆਂ ਜਾਂਦੀਆਂ ਵਾਰ-ਵਾਰ ਉਦੋਂ ਇਹ ਪਤਾ ਲੱਗਦਾ ਵੀ ਕਈਆਂ ਦੇ ਘਰ ਵਿਕੀ ਜਾਂਦੇ ਆ ਕਈਆਂ ਦੁਕਾਨ-ਦੁਕਾਨਾਂ ਵਿਕਦੀਆਂ ਰੰਗਾਂ ਦੀ ਉਮਰ ਪਰ ਦੀ ਪੂੰਜੀ ਇਹਨਾਂ ਦੇ ਢਿੱਡਾਂ ਦੇ ਵਿੱਚ ਆ ਬਿਲਕੁਲ ਸਹੀ ਜੱਜ ਦਾ ਵਿਚਾਰ ਟਣਾ ਸਾਹਿਬ ਬੰਦਿਆਂ ਦੀ ਪਛਾਣ ਹੁੰਦੀ ਹੈ ਤੇ ਉਹ ਬੰਦਾ ਨਾ ਜਿਹੜੀ ਉਹਦੀ ਪਛਾਣ ਬਣ ਜਾਂਦੀ ਹੈ ਕਦੇ ਵੀ ਉਹ ਤੋਂ ਆਸ-ਪਾਸੇ ਹੋਣ ਦੀ ਕੋਸ਼ਿਸ਼ ਨਹੀਂ ਕਰਦਾ ਬਹੁ ਗਿਣਤੀ ਹੈ ਨਾ ਬਹੁ ਗਿਣਤੀ ਚੰਗੀ ਪਛਾਣ ਹੋਵੇ ਤਾਂ ਆਸ-ਪਾਸੇ ਹੋਣਾ ਵੀ ਨਹੀਂ ਚਾਹੀਦਾ ਪਰ ਜੇ ਮਾੜੀ ਪਛਾਣ ਹੋਵੇ ਤੇ ਫਿਰ ਬੰਦੇ ਨੂੰ ਆਪਣੇ ਆਪ ਨੂੰ ਬਦਲਣਾ ਜ਼ਰੂਰ ਚਾਹੀਦਾ ਪਰ ਲੋਕ ਬਦਲਦੇ ਨਹੀਂ ਆਰਾਮਦੇਵ ਦੀ ਗੱਲ ਕਰ ਲਈ ਉਹਨੇ ਫਿਰ ਤੋਂ ਉਹੋ ਜੀ ਗੱਲ ਕੱਢ ਮਾਰੀ ਹੈ ਜਿਸ ਦੇ ਲਈ ਉਹ ਪਛਾਣਿਆ ਜਾਂਦਾ ਮੈਂ ਤਾਂ ਆਰਾਮਦੇਵ ਨੂੰ ਹਮੇਸ਼ਾ ਮਰਦਾਂ ਦੀ ਕੰਗਣਾ ਰਣੋਤ ਕਹਿਣਾ ਹੁੰਦਾ ਨਾ ਉਹਨੇ ਕਦੇ ਸਮਝਦਾਰੀ ਦੀ ਗੱਲ ਕੀਤੀ ਤੇ ਨਾ ਆਰਾਮਦੇਵ ਨੇ ਕਦੇ ਕੀਤੀ ਤੇ ਜਿਹੜੇ ਹਾਲੇ ਵੀ ਤੇ ਇਹ ਗੁਰੂ ਆ ਭਾਈ ਥੋੜੀ ਜੀ ਬੇਨਤੀ ਆ ਵੀ ਸੋਚ ਸਮਝ ਕੇ ਗੱਲ ਕਰਿਆ ਕਰੋ ਬਾਬਾ ਕਿਹਨੂੰ ਕਹਿੰਦੇ ਆ ਤੇ ਗੁਰੂ ਕੌਣ ਹੁੰਦਾ ਇਹਦੇ ਬਾਬਤ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਬਾਬਾ ਤੇ ਗੁਰੂ ਕਦੇ ਵੀ ਬਿਜ਼ਨਸਮੈਨ ਵਪਾਰੀ ਨਹੀਂ ਹੁੰਦੇ ਜੀ ਬਿਲਕੁਲ ਸਹੀ RAMDEV ਜਦੋਂ ਵੀ ਬੋਲਿਆ ਮੁਰਦਾ ਬੋਲੂ ਤੇ ਖਫਣ ਪਾੜੂ ਬੜੀ ਗੱਲ ਕੀਤੀ ਆ ਹੁਣ ਪਿਛਲੇ ਜਿਹੜੀ ਉਹਨੇ ਐਲੋਪੈਥੀ ਦੇ ਉੱਤੇ ਸਵਾਲ ਕਰਤਾ ਕਹਿੰਦਾ ਵੀ ਐਲੋਪੈਥੀ ਦੇ ਜਿਹੜੀ ਇਹ ਤਾਂ ਮਾਡਰਨ ਬਕਵਾਸ ਆ ਅੱਛਾ ਜੀ ਇਹ ਤਾਂ ਆਧੁਨਿਕ ਬਕਵਾਸ ਦਾੰਤਰ ਦੀ ਗੱਲ ਆ ਇਹ ਤਾਂ ਜੀ ਕਹਿੰਦਾ ਲੋਕਾਂ ਨੂੰ ਪਚੜਾਵੇ ਦੇ ਵਿੱਚ ਲੈਣ ਵਾਲੀ ਗੱਲ ਆ ਉਹ ਕਹਿੰਦਾ ਜਿਹੜੀਆਂ ਦਵਾਈਆਂ ਨਾ ਕਰੋਨਾ ਦੀਆਂ ਇਹ ਸਾਰੀਆਂ ਫੇਲ ਸਾਬਤ ਹੋਈਆਂ ਰੈਮਡੀ ਸਿਵਰ ਟਿਕਾ ਜਿਹੜਾ ਜਾਂ ਹੋਰ ਜਿਹੜੀਆਂ ਦਵਾਈਆਂ ਇਹਨਾਂ ਦਾ ਕੀ ਵਜੂਦ ਆ ਇਹਨਾਂ ਦਾ ਕੀ ਅਰਥ ਆ ਇਹ ਜਿਹੜੀ ਐਲੋਪੈਥੀ ਆ ਇਹ ਤਾਂ ਦਿਵਾਲੀਏ ਪਣ ਵਾਲੀ ਗੱਲ ਆ ਤੇ ਉਸ ਤੋਂ ਬਾਅਦ ਰੌਲਾ ਪੈ ਗਿਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਿਹੜੀ ਉਹਨੇ ਇਹਦੇ ਉੱਤੇ ਇਤਰਾਜ਼ ਕੀਤਾ ਤੇ ਉਹਨੇ ਸਵਾਲ ਕੀਤਾ ਹੈਗਾ ਭਾਰਤ ਦੇ ਸਿਹਤ ਵਿਭਾਗ ਦੇ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਜੀ ਵੀ ਤੁਸੀਂ ਹੀ ਇਹੜੀਆਂ ਦਵਾਈਆਂ ਦਾ ਫੀਤਾ ਕੱਟੜ ਜਾਂਦੇ ਵੀ ਤੁਸੀਂ ਇਹੜੀਆਂ ਦਵਾਈਆਂ ਨੂੰ ਜਾਰੀ ਕਰਨ ਜਾਂਦੇ ਆ ਜਦੋਂ ਕੋਰੋਨਲ ਦਾ ਰੋਲਾ ਪਿਆ ਤੁਸੀਂ ਕਿਹਾ ਵੀ ਇਹ ਦਵਾਈ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਹੁਣ ਇਹ ਕਰੋਨਾ ਮਹਾਮਾਰੀ ਦੇ ਵਿੱਚ ਜਿਹੜੇ ਐਲੋਪੈਥੀ ਨਾਲ ਜੁੜੇ ਹੋਏ ਡਾਕਟਰ ਆ ਜਿਨ੍ਹਾਂ ਨੇ ਇਸ ਵਕਤ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਹੜੇ ਸ਼ਹੀਦ ਹੋ ਗਏ ਲੋਕਾਂ ਨੂੰ ਬਚਾਉਂਦੇ ਬਚਾਉਂਦੇ ਜ਼ਿੰਦਗੀਆਂ ਉਹਨਾਂ ਦੀਆਂ ਦਾਰ ਦੇ ਉੱਤੇ ਲੱਗੀਆਂ ਸੀ ਤੇ ਉਹਨਾਂ ਦੇ ਹੌਸਲੇ ਨੂੰ ਪਸਤ ਕਰਨ ਵਾਲੀ ਗੱਲ ਕੀਤੀ ਹੈ ਨੇ ਤੇ ਇਹਨੂੰ ਕਹੋ ਮਾਫੀ ਮੰਗੇ ਜੀ ਤੇ ਹਰਸ਼ਵਰਧਨ ਹੋਰ ਨੇ ਇੱਕ ਬੜਾ ਪਿਆਰ ਭਰਿਆ ਪੱਤਰ ਜਾਂ ਲਿਖਿਆ ਹਏ 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 ਪ੍ਰਿਆ ਰਾਮਦੇਵ ਜੀ ਆਪਕੇ ਬਿਆਨ ਕੇ ਕਾਰਨ ਡਾਕਟਰੋ ਕੇ ਮਨ ਪਰ ਗਹਿਰਾ ਅਸਰ ਹੁਆ ਹੈ ਆਪ ਕੋ ਐਸੇ ਨਹੀਂ ਬੋਲਨਾ ਚਾਹੀਏ ਥਾ ਆਪਕੇ ਐਸੇ ਬੋਲਨੇ ਕੇ ਸਾਥ ਐਸੇ ਹੋ ਗਿਆ ਵੈਸੀ ਹੋ ਗਿਆ ਵੀ ਜੇ ਕੋਈ ਹੋਰ ਹੁੰਦਾ ਚੱਕ ਕੇ ਰਾਮਦੇਵ ਦੀ ਥਾਂ ਤੇ ਬੰਦਾ ਹੋਰ ਹੁੰਦਾ ਬਾਹ ਨੂੰ ਵਟਾ ਚੜ ਦੇਣਾ ਸੀ ਪਰ ਉਥੇ ਕੁਛ ਨਹੀਂ ਕਿਹਾ ਗਿਆ ਉਥੇ ਪਿਆਰ ਦੇ ਨਾਲ ਗੱਲਾਂ ਇਉਂ ਕੀਤੀਆਂ ਵੀ ਜਿਵੇਂ ਨਾ ਆਪਾਂ ਰਿਸ਼ਤੇਦਾਰੀ ਚ ਚਿੱਠੀ ਲਿਖਦੇ ਹੁੰਨੇ ਆ ਡਾਣਾ ਸਾਹਿਬ ਰਾਮਦੇਵ ਨੇ ਕਹਤਾ ਮੈਂ ਆਪਣਾ ਬਿਆਨ ਵਾਪਸ ਲੈਂਦਾ ਹੂੰ ਨਹੀਂ ਨਹੀਂ ਡਾਣਾ ਸਾਹਿਬ ਤੁਸੀਂ ਸਮਝੇ ਨਹੀਂ ਤਰਲੇ ਮੈਨੂੰ ਤਾਂ ਵੀ ਕੋਈ ਚੀਜ਼ ਹੁੰਦੇ ਨੇ ਅਗਲੇ ਨੇ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਐ ਬਾਕੀ ਗੱਲ ਇਹ ਐ ਕਿ ਕੁਝ ਕੁ ਸਵਾਲ ਸੀ ਰਾਮਦੇਵ ਹੋਰਾਂ ਨੂੰ ਜੇਕਰ ਇਹ ਕਹਿੰਦੇ ਨੇ ਕਿ ਐਲੋਪੈਥੀ ਤਾਂ ਬਕਵਾਸ ਹੈ ਇਹ ਹੈ ਉਹ ਹੈ ਤਾਂ ਫਿਰ ਸਭ ਤੋਂ ਵੱਡੀ ਚੀਜ਼ ਇਹ ਜਦੋਂ ਤੁਹਾਡੇ ਸਹਿਯੋਗੀ ਜਿਹੜੇ ਤੁਹਾਡੇ ਭਰਾਵਾਂ ਵਰਗੇ ਨੇ ਬਾਲਕ੍ਰਿਸ਼ਨ ਉਹਨਾਂ ਦਾ ਨਾਂ ਐ ਤੇ ਉਹ ਜਦੋਂ ਆਈ ਸੀ ਯੂ ਦੇ ਵਿੱਚ ਦਾਖਲ ਹੋਏ ਸੀ ਤੇ ਉਦੋਂ ਉੱਥੇ ਕਿਹੜਾ ਉਹਨਾਂ ਨੂੰ ਕੱਲਾ ਫਿਰ ਉਦੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਿਉਂ ਕਰਵਾਇਆ ਗਿਆ ਸੀ ਮੈਂ RAMDEV ਨੂੰ ਇੱਕ ਹੋਰ ਵੀ ਸਵਾਲ ਆ ਵੀ ਜੇਕਰ ਆਸਣ ਕਰਨ ਦੇ ਨਾਲ ਕਰੋਨਾ ਨਹੀਂ ਹੁੰਦਾ ਤੇ ਫਿਰ ਆਪਾਂ ਕੋਰੋਨਲ ਦਵਾਈ ਕਿਉਂ ਲੈਂਦੀ ਤੇ ਹੁਣ ਕੋਰੋਨਲ ਦਵਾਈ ਹੈ ਜਿਹੜੀ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਸੂਚੀ 'ਚ ਸ਼ਾਮਲ ਹੈ ਨਹੀਂ ਤੇ ਮਤਲਬ ਇਹ ਹੈ ਵੀ ਤੁਹਾਡੇ ਨਾਲ ਕੇਂਦਰ ਸਰਕਾਰ ਦੇ ਕਈ ਮੰਤਰੀ ਵੀ ਮਿਲੇ ਹੋਏ ਆ ਇੱਕ ਹੋਰ ਗੱਲ ਦੱਸਦਾ ਇਹ ਕਹਿੰਦੇ ਵੀ ਪਤੰਜਲੀ ਯੋਗਪੀਠ ਨੇ ਤੋਂ ਐਸੇ ਕਰ ਲਿਆ ਇਹ ਤੋਂ हमने ਐਸੇ ਕਰ ਲਿਆ ਕਰੋਨਾ ਖਤਮ ਕਰ ਦਿੰਗੇ ਇਮਿਊਨਿਟੀ ਬੂਸਟਰ ਐਸੇ ਹੈ ਪਰ ਜਿਹੜਾ ਇਹਨਾਂ ਦਾ ਡੇਰੀ ਪ੍ਰੋਡਕਟ ਡੇਰੀ ਦਾ ਕਾਰੋਬਾਰ ਦੇਖਣ ਵਾਲਾ ਸੀਈਓ ਐ ਇੱਕ ਉਹਦੀ ਕੋਰੋਨਾ ਦੇ ਕਰਕੇ ਲੰਘੇ ਕੱਲ ਮੌਤ ਹੋ ਗਈ ਆ ਸੁਨੀਲ ਬਾਂਸਲ ਸੁਨੀਲ ਬਾਂਸਲ ਹੋਰਾਂ ਦੀ ਮੌਤ ਹੋ ਗਈ ਆ ਹਾਲਾਂਕਿ ਸਾਨੂੰ ਬਾਂਸਲ ਸਾਹਿਬ ਦੇ ਜਾਣ ਦੇ ਉੱਤੇ ਦੁੱਖ ਆ ਕੋਈ ਵੀ ਵਿਅਕਤੀ ਜਾਵੇ ਸਾਨੂੰ ਦੁੱਖ ਹੋਣਾ ਕੁਦਰਤੀ ਆ ਪਰ ਜੇਕਰ ਪਤੰਜਲੀ ਦੇ ਉਤਪਾਦਨ ਨਾਲ ਜੁੜੇ ਹੋਏ ਲੋਕਾਂ ਦੀ ਵੀ ਮੌਤ ਹੁੰਦੀ ਆ ਹਸਪਤਾਲਾਂ ਦੇ ਵਿੱਚ ਮੌਤ ਹੁੰਦੀ ਆ ਆਧੁਨਿਕ ਮਸ਼ੀਨਾਂ ਦੇ ਉੱਤੇ ਪਿਆਣ ਦੀ ਮੌਤ ਹੋ ਰਹੀ ਆ ਤਾਂ ਮਤਲਬ ਇਹ ਆ ਕਿ ਇਹ ਜਿਹੜਾ ਆਧੁਨਿਕ ਵਿਗਿਆਨ ਆ ਇਹ ਗਲਤ ਨਹੀਂ ਗਾ ਜੀ ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟੈਣਾ ਸਾਹਿਬ ਕੇ ਪਤੰਜਲੀ ਦੇ ਹੀ 80 ਤੋਂ ਵੱਧ ਜਿਹੜੇ ਲੋਕ ਨੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਸੀ ਤੇ ਹੁਣ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਵੀ ਉਹਨਾਂ ਨੂੰ ਠੀਕ ਕਿੱਦਾਂ ਕੀਤਾ ਇਕੱਲਾ ਜਿਵੇਂ RAMDEV ਜੀ ਕਹਿੰਦੇ ਨੇ ਇਹਨਾਂ ਦੀ ਕੋਰੋਨਲ ਖਵਾ ਖਵਾ ਕੇ ਉਹ ਠੀਕ ਹੋਏ ਨੇ ਜਾਂ ਫਿਰ ਉਹਨਾਂ ਨੇ ਵੀ ਕੋਈ ਐਲੋਪੈਥੀ ਦੀ ਦਵਾਈ ਖਾਧੀ ਹੈ ਤਾਂ ਫਿਰ ਉਹ ਠੀਕ ਹੋਏ ਨੇ ਇਹਦੇ ਬਾਰੇ ਵਿੱਚ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਸਾਡੇ ਦੇਸ਼ ਦੇ ਸੁੱਤੇ ਹੋਏ ਲੋਕਾਂ ਦੇ ਕਰਕੇ ਤੇ ਰਾਜਨੀਤਿਕ ਲੋਕਾਂ ਦੀਆਂ ਚਾਕਰੀਆਂ ਕਰਨ ਦੇ ਕਰਕੇ ਤੁਹਾਡਾ ਕਾਰੋਬਾਰ ਲੱਖਾਂ ਤੋਂ ਕਰੋੜਾਂ ਤੇ ਕਰੋੜਾਂ ਤੋਂ ਅਰਬਾਂ ਤੇ ਅਰਬਾਂ ਤੋਂ ਖਰਬਾਂ ਤੇ ਪਹੁੰਚ ਗਿਆ ਤੇ ਤੁਸੀਂ ਹਰ ਮਾਮਲੇ ਦੇ ਵਿੱਚ ਇਹੋ ਜਿਹੀ ਜਬੜੀ ਮਾਰਦੇ ਆਂ ਦੱਖਣ ਦਾ ਇਸ ਗੱਲ ਦੇ ਉੱਤੇ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਯੋਗ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਯੋਗ ਕਰਨ ਦੇ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਤੁਸੀਂ ਦੂਰ ਹੁੰਨੇ ਹੋ ਬਹੁਤ ਸਾਰੀਆਂ ਪਰ ਜਿਹੜੇ ਕੰਮ 'ਚ ਤੁਸੀਂ ਅਯੋਗ ਆ ਉਹਦੇ ਵਿੱਚ ਦਖਲ ਕਿਉਂ ਦਿੰਦੇ ਹੋ ਬਿਲਕੁਲ ਸਹੀ ਮਤਲਬ ਯੋਗ ਕਰਨ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ निजात ਮਿਲਦੀ ਹੈ ਪਰ ਗੱਲ ਇਹ ਹੈ ਕਿ ਹਰ ਪਾਸੇ ਤੁਸੀਂ ਜਬਲੀ ਛੱਡੋ ਇਹ ਕਿਤੇ ਵੀ ਯੋਗ ਦੇ ਵਿੱਚ ਵੀ ਨਹੀਂ ਪੜਾਇਆ ਜਾਂਦਾ ਇਹ ਨਹੀਂ ਲਿਖਿਆ ਹੋਇਆ ਤੁਸੀਂ ਆਪਣੀ ਕੰਮ ਨਾ ਮਤਲਬ ਰੱਖੋ ਡਾਕਟਰ ਆਪਣੇ ਕੰਮ ਕਰ ਰਹੇ ਨੇ ਕਿਉਂ ਹਰ ਪਾਸੇ ਆਪਾਂ ਆਪਣੀ ਟੰਗ ਫਸਾਉਣੀ ਹੈ ਸਹੀ ਗੱਲ ਜੱਜ ਦਾ ਵਿਚਾਰ ਤਣਾ ਸਾਹਿਬ ਮੈਂ ਚਾਹੁੰਦੀ ਤਾਂ ਨਹੀਂ ਸੀ ਗੱਲ ਕਰਨਾ ਪਰ ਕਰਨੀ ਪੈਣੀ ਹੈ ਕਿਉਂਕਿ ਤੁਸੀਂ ਜ਼ਿਕਰ ਕਰਤਾ ਨਾ ਲੈ ਦਿੱਤਾ ਕਿਹਦਾ ਕੰਗਣਾ ਰਣੌਤ ਦਾ ਉਹਦੇ ਬਾਰੇ ਜ਼ਿਕਰ ਜੋ ਮਰਜ਼ੀ ਕਰ ਲਓ ਉਹ ਥੋੜਾ ਹੀ ਥੋੜਾ ਉਹਨੇ ਕਿਹੜਾ ਕੱਢੇ ਸੋਚ ਕੇ ਬੋਲਣਾ ਫਿਰ ਤੋਂ ਬੋਲੀ ਹੈ ਕੀ ਹਾਂ ਕਹਿੰਦੀ ਵੀ ਜਿਹੜੇ ਲੋਕ ਆ ਤੁਹਾਨੂੰ ਪਤਾ ਹੋਣਾ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉ ਭਾਵਕ ਹੋਏ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਹੈ ਉਹਦੇ ਉੱਪਰ ਤੇ ਉਹ ਕਹਿੰਦੀ ਜਿਹੜੇ ਲੋਕ ਮਜ਼ਾਕ ਉਡਾ ਰਹੇ ਨੇ ਨਾ ਪ੍ਰਧਾਨ ਮੰਤਰੀ ਜੀ ਦੇ ਅਥਰੂਆਂ ਦਾ ਉਹ ਸਾਰੇ ਮੂਰਖ ਨੇ ਮੈਂ ਤਾਂ ਖੁਦ ਇਸ ਵੀ ਕੰਗੜਾ ਰਣੌਤ ਦਾ ਟਵਿੱਟਰ ਖਾਤਾ ਬੰਦ ਹੋ ਗਿਆ ਹੂੰ ਬਾਕੀ ਬਚੇ ਇੰਸਟਾਗ੍ਰਾਮ ਤੇ ਫੇਸਬੁੱਕ ਉਹ ਹਾਰੇ ਵੀ ਨਹੀਂ ਟੜਦੀ ਪਤਾ ਨਹੀਂ ਉਹਨੇ ਕੀ ਜੰਗ ਜਿੱਤਣੀ ਆ ਕਿਹਦੇ ਨਾਲ ਲੜਾਈ ਆ ਉਹਨੂੰ ਇਸ ਗੱਲ ਦਾ ਵੀ ਪਤਾ ਹਲੇ ਤੱਕ ਉਹਦੇ ਆਪਣੇ ਨਾਲ ਹੀ ਲੜਾਈ ਹੈ ਕਿਹਦੇ ਨਾਲ ਪਿਛਲੇ ਦਿਨੀ ਨਾ ਜਸਵਿੰਦਰ ਭੱਲਾ ਤੇ ਉਹਨਾਂ ਦੇ ਸਾਥੀਆਂ ਦੀ ਇੱਕ ਨਾ ਸਕਿੱਟ ਬੜੀ ਵਾਇਰਲ ਹੋਈ ਹੂੰ ਉਹ ਇਕੱਠੇ ਹੋ ਕੇ ਗੱਲਬਾਤ ਕਰ ਰਹੇ ਆ ਤੇ ਉਹਦਾ ਸਾਰੰਸ਼ ਇਹ ਆ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੁਝ ਕਿ ਸਮਾਂ ਪਹਿਲਾਂ ਇਹ ਗੱਲ ਕਹੀ ਸੀ ਕਿ ਦੇਸ਼ ਦੇ ਵਿੱਚ ਅਨਾਜ ਦੇ ਭੰਡਾਰਾ ਨੂੰ ਸੁਰੱਖਿਅਤ ਰੱਖਣ ਦੇ ਲਈ ਦੇਸ਼ ਦੇ ਵਿੱਚੋਂ ਅੰਨ ਨਾ ਖਤਮ ਹੋਵੇ ਇਹਦੇ ਲਈ ਹਰ ਬੰਦੇ ਨੂੰ ਇੱਕ ਦਿਨ ਦਾ ਵਰਤ ਰੱਖਣਾ ਚਾਹੀਦਾ ਤੇ ਹੁਣ ਜਦੋਂ ਆਕਸੀਜਨ ਦੀ ਕਿਲਤ ਪੈਦਾ ਹੋ ਗਈ ਇਹਦਾ ਮਤਲਬ ਇਹ ਆ ਪ੍ਰਧਾਨ ਮੰਤਰੀ ਸਾਹਿਬ ਕਹਿਣਗੇ ਵੀ ਸਾਰੇ ਬੰਦਿਆਂ ਨੂੰ ਇੱਕ ਦਿਨ ਦੇ ਲਈ ਨਾ ਸਾਹ ਲੈਣਾ ਬੰਦ ਕਰਨਾ ਚਾਹੀਦਾ ਤਾਂ ਜੋ ਆਕਸੀਜਨ ਬਚੀ ਰਹੇ ਦੇਸ਼ ਦੇ ਵਿੱਚ ਇਹ ਹਾਲਾਤ ਬਣੇ ਪਏ ਆ ਕੰਗੜਾ ਰਣੋ ਤੂੰ ਕੋਣ ਮੈਂ ਖਾ ਮਖਾ ਮੈਂ ਤਾਂ ਇੱਕ ਗੱਲ ਜ਼ਰੂਰ ਬੇਨਤੀ ਦੇ ਰੂਪ ਚ ਕਰਨੀ ਚਾਹੁੰਦਾ ਵੀ ਕਈ ਲੋਕਾਂ ਦਾ ਮੂੰਹ ਨਾ ਕੁਹਾੜੇ ਨਾਲ ਪਟਿਆ ਹੁੰਦਾ ਟਲਦਾ ਹੀ ਨਹੀਂ ਕਿਸੇ ਨਾ ਕਿਸੇ ਮਸਲੇ ਤੇ ਕੁਛ ਨਾ ਕੁਛ ਕਹਿਣਾ ਹੀ ਆ ਪ੍ਰਧਾਨ ਮੰਤਰੀ ਸਾਹਿਬ ਨੇ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਗੱਲਬਾਤ ਕੀਤੀ ਵਾਰਾਨਸੀ ਦੇ ਵਿੱਚ ਜੀ ਉਸ ਤੋਂ ਬਾਅਦ ਉਹ ਟੀਵੀ ਚੈਨਲਾਂ ਦੇ ਉੱਤੇ ਭਾਵਕ ਹੋ ਗਏ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਚਲੋ ਅਸੀਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਕਹਿੰਦੇ ਆ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਸੰਵੇਦਨਸ਼ੀਲ ਬਣ ਗਏ ਹੋਣੇ ਪਰ ਜਦੋਂ 400 ਕਸਰ ਬਾਰਡਰਾਂ ਦੇ ਉੱਤੇ ਮੌਤ ਦੀ ਬੁੱਕਲ ਚ ਚਲੇ ਗਏ ਉਹਨਾਂ ਦੇ ਘਰਾਂ ਦੇ ਵਿੱਚ 70 ਵਿਸ਼ ਕੱਲਾ ਕੱਲਾ ਕਿਸਾਨ ਇਸ ਵਕਤ 6 ਮਹੀਨੇ ਹੋਣ ਵਾਲੇ ਆ ਉਹ ਦੁੱਖ ਦੇ ਵਿੱਚੋਂ ਲੰਘ ਰਿਹਾ ਤੇ ਉਦੋਂ ਕਿਉਂ ਨਹੀਂ ਭਾਵਕ ਹੋਏ ਜਦੋਂ ਦੇਸ਼ ਦੇ ਵਿੱਚ ਲਾਸ਼ਾਂ ਨਦੀ ਦੇ ਵਿੱਚ ਰੁੱੜ ਰਹੀਆਂ ਤੇ ਉਸ ਵਕਤ ਭਾਵਕ ਕਿਉਂ ਨਹੀਂ ਹੁੰਦੇਗੇ ਉਦੋਂ ਇਹ ਬੀਬੀ ਵੀ ਕਿਉਂ ਨਹੀਂ ਬੋਲੀ ਉਦੋਂ ਤਾਂ ਇਹਦਾ ਵੀ ਮੂੰਹ ਇੱਕਦਮ ਬੰਦ ਸੀ ਉਦੋਂ ਇਹ ਕਿਉਂ ਨਹੀਂ ਬੋਲੀ ਕਿ ਜਿਹੜਾ ਗੰਗਾ ਨਦੀ ਦੇ ਕੱਡਿਆਂ ਦੇ ਉੱਪਰ ਇਸ ਵੇਲੇ ਲਾਸ਼ਾਂ ਦਫਨਾਈਆਂ ਜਾ ਰਹੀਆਂ ਹਨ ਦਾਣਾ ਸਾਹਿਬ ਮੈਂ ਹੋਰ ਤੁਹਾਨੂੰ ਦੱਸ ਦਿਆਂ ਕਿ ਅੱਜ ਮੈਂ ਖਬਰ ਪੜ੍ਹੀ ਸੱਚੀ ਮੈਂ ਖਬਰ ਪੜ੍ਹ ਕੇ ਰੋ ਪਈ ਉਤੇ ਲਿਖਿਆ ਹੋਇਆ ਸੀ ਕਿ ਜਿਹੜੀਆਂ ਲਾਸ਼ਾਂ ਇੱਕ ਹੋਰ ਗਾਜ਼ੀਪੁਰ ਤੋਂ ਪਹਿਲਾਂ ਇਹੋ ਜਿਹੀਆਂ ਖਬਰਾਂ ਆਈਆਂ ਸੀ ਹੋਰ ਕਈ ਥਾਵਾਂ ਤੋਂ ਆਈਆਂ ਸੀ ਤੇ ਹੁਣੇ ਖਬਰ ਆਈ ਦੇ ਕਿਨਾਰੇ ਦੇ ਉੱਪਰ ਇਹ ਹੋ ਜੀਆਂ ਨੇ ਜਿੱਥੇ ਲਾਸ਼ਾਂ ਦਫਨਾਈਆਂ ਗਈਆਂ ਸੀ ਉਸ ਤੋਂ ਬਾਅਦ ਉਹ ਲਾਸ਼ਾਂ ਉੱਪਰ ਕੇ ਉੱਪਰ ਆ ਗਈਆਂ ਹੈਨਾ ਮਿੱਟੀ-ਮਿੱਟੀ ਕਿਤੇ ਉੱਤੋਂ ਉੱਡ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਿ ਸਾਡੀ ਤੋਏ ਤੋਏ ਨਾ ਹੋਏ ਫਟਾਫਟ ਉਹਦੇ ਉੱਪਰ ਮਿੱਟੀ ਸੁੱਟਵਾ ਦਿੱਤੀ ਕਿ ਦੱਬ ਦਿਓ ਜੀ ਗੱਲ ਦੱਬੀ ਰਹਿ ਜਾਵੇ ਆ ਹਾਲਾ ਮੁਲਕ ਦਾ ਉੱਥੇ ਤੁਹਾਡਾ ਟਵਿੱਟਰ ਖਾਤਾ ਜਿਹੜਾ ਉਹ ਵੀ ਨਹੀਂ ਚੱਲਦਾ ਚਲੋ ਉਹ ਤਾਂ ਬੰਦ ਹੀ ਹੋਇਆ ਹੋਇਆ ਇੰਸਟਾਗ੍ਰਾਮ ਵੀ ਨਹੀਂ ਚੱਲਦਾ ਤੁਹਾਡਾ ਮੂੰਹ ਵੀ ਨਹੀਂ ਚੱਲਦਾ ਉੱਥੇ ਤੁਸੀਂ ਦੇਖ ਕੇ ਵੀ ਅੱਖਾਂ ਮੀਚ ਲੈਨੇ ਹੋ ਤੇ ਬਾਕੀ ਗੱਲਾਂ ਤਾਂ ਫਟ ਤੁਹਾਡੀ ਪ੍ਰਤੀਕਿਰਿਆ ਆਉਂਦੀ ਹੈ ਜਦੋਂ ਦੇ ਭਾਵਕ ਹੁੰਦੇ ਜਦੋਂ ਦੇਸ਼ ਦੇ ਵਿੱਚ ਸਿੱਖਿਆ ਤੇ ਸਿਹਤ ਸਹੂਲਤਾ ਜਿਹੜੀਆਂ ਉਹ ਜ਼ਰ-ਜ਼ਰ ਹੋਗੀਆਂ ਤੇ ਉਦੋਂ ਕਿਉਂ ਨਹੀਂ ਭਾਵਕ ਹੁੰਦੇ ਦੇਸ਼ ਦੇ ਲੋਕਾਂ ਨੂੰ ਕਿਹਾ ਸੀਗਾ ਵੀ 2 ਕਰੋੜ ਨੌਕਰੀਆਂ ਮਿਲਣਗੀਆਂ ਇੱਕ ਸਾਲ ਦੇ ਵਿੱਚ ਤੇ ਰੋਜ਼ਗਾਰ ਨੂੰ ਤਰਸਦੇ ਲੋਕ ਕਦੇ ਫਾਹ ਲੈਂਦੇ ਆ ਕਦੇ ਨਹਿਰ ਚ ਛਾਲ ਮਾਰਦੇ ਆ ਕਦੇ ਰੇਲ ਗੱਡੀ ਦੇ ਮੂਹਰੇ ਲੰਮੇ ਪੈਂਦੇ ਆ ਆਪਾਂ ਉਦੋਂ ਕਿਉਂ ਨਹੀਂ ਭਾਵਕ ਹੋਏ ਸੋ ਇਹਨਾਂ ਗੱਲਾਂ ਤੇ ਵੀ ਭਾਵਕ ਹੋਣਾ ਚਾਹੀਦਾ ਤੇ ਤੂੰ ਕੌਣ ਮੱਖਾ ਮੱਖਾ ਤੇ ਖਵਾਜੇ ਡਗਵਾ ਡੱਡੂ ਤੇ ਬੋਲਦੀ ਕੌਣ ਆ ਪੰਗੜਾ ਰਣਾਉਂਦਾ ਕਹਿੰਦੀ ਕਿ ਦੇਖੋ ਜਿਹੜੇ ਇਹ ਲੋਕ ਆ ਨਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੰਵੇਦਨਸ਼ੀਲਤਾ ਵੀ ਕੋਈ ਚੀਜ਼ ਹੁੰਦੀ ਆ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਅਥਰੂਆਂ ਦੀ ਕਦਰ ਕਰਦੀ ਆ ਤੇ ਮੈਂ ਉਹਨਾਂ ਦੇ ਨਾਲ ਆ ਤੇ ਜੈ ਹਿੰਦ ਚਲੋ ਵਧੀਆ ਗੱਲ ਆ ਭਾਈ ਤੈਨੂੰ ਵਾਈਪਲਸ ਸਿਕਿਉਰਿਟੀ ਮਿਲੀ ਆ ਤੂੰ ਭਾਵੇਂ ਪੁੱਭਾ ਮਾਰ ਬਿਲਕੁਲ ਸਹੀ ਤੂੰ ਲਟ ਲਟ ਕੇ ਰੋ ਸਾਨੂੰ ਕੀ ਆ ਦੇਸ਼ ਦੇ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਤੈਨੂੰ ਵਾਈਪਲਸ ਸਿਕਿਉਰਿਟੀ ਮਿਲੀ ਤੂੰ ਤਾਂ ਇਹ ਗੱਲਾਂ ਕਹੇਂਗੀ ਤੇ ਜੇਕਰ ਆਪਾਂ ਇੰਨੇ ਹੀ ਸੱਚੇ ਆ ਤਾ ਕੰਗੜਾ ਰਣੌਤ ਨੂੰ ਇਹ ਵੀ ਗੱਲ ਕਹਿਣੀ ਚਾਹੀਦੀ ਹੈ ਉਹਦਾ ਇੱਕ ਬਾਡੀਗਾਰਡ ਆ ਨਿੱਜੀ ਬਾਡੀਗਾਰਡ ਜੀ ਬਿਲਕੁਲ ਓਵੇਂ ਜਿਵੇਂ ਸਲਮਾਨ ਖਾਨ ਦਾ ਸ਼ੇਰਾ ਹਮ ਇਹਦੇ ਬਾਡੀਗਾਰਡ ਦੇ ਉੱਤੇ ਬੰਬੇ ਦੀ ਇੱਕ ਕੁੜੀ ਨੇ ਦੋਸ਼ ਲਾਇਆ ਵੀ ਪਿਛਲੇ ਕਈ ਵਾਰਾਂ ਤੋਂ ਮੇਰੇ ਨਾਲ ਜ਼ਬਰਜਨਾਹ ਕਰਦਾ ਰਿਹਾ ਵਿਆਹ ਦਾ ਝੰਸਾ ਦੇ ਕੇ ਹਮ ਤੇ ਹੁਣ ਉਹ ਵਿਆਹ ਤੋਂ ਮੁਕਰ ਗਿਆ ਤੇ ਪੁਲਿਸ ਨੇ ਇਹਦੇ ਜਿਹੜੇ ਉਹ ਬਾਡੀਗਾਰਡ ਦੇ ਉੱਤੇ ਪਰਚਾ ਦਰਜ ਕੀਤਾ ਜ਼ਬਰਜਨਾਹ ਦਾ ਤੇ ਹੁਣ ਕਹਿ ਵੀ ਔਰਤੋ ਕੇ ਸਾਥ ਮੈਂ ਐਸਾ ਨਹੀਂ ਹੋਣੇ ਦੂੰਗੀ ਉਦਾਂ ਤਾਂ ਕਹਿੰਦੇ ਆ ਵੀ ਫਿਲਮ ਨਗਰੀ ਦੇ ਵਿੱਚ ਔਰਤਾਂ ਨਾਲ ਧੱਕਾ ਹੁੰਦਾ ਹੁਣ ਔਰਤ ਨਾਲ ਨਹੀਂ ਹੁੰਦਾ ਉਦਾਂ ਦਾ ਅਸੀਂ ਸਭ ਤੋਂ ਪਹਿਲਾਂ ਮੋਰੇ ਆ ਕੇ ਬੋਲਦੇ ਆ ਫਲਾਣੇ ਨੇ ਵੀ ਐ ਕਰਤਾ ਢਿੰਗੜੇ ਨੇ ਵੀ ਐ ਕਰਤਾ ਤੇ ਹੁਣ ਕਿਉਂ ਨਹੀਂ ਔਰਤ ਦਾ ਸਾਥ ਦੇ ਰਹੇ ਹੋ ਹੁਣ ਤੁਸੀਂ ਕਿਉਂ ਨਹੀਂ ਬੋਲਦੇ ਹੋ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਦੀ ਤੁਸੀਂ ਦੱਸ ਦਿਓ ਲਾਸ਼ਾ ਨਾਈਜੀਰੀਆ ਤੋਂ ਆਈਆਂ ਨੇ ਕਦੀ ਤੁਸੀਂ ਕੁਝ ਬੋਲਦੇ ਹੋ ਕਦੀ ਤੁਸੀਂ ਕੁਝ ਬੋਲਦੇ ਹੋ ਕੀ ਗੱਲ ਹੁਣ ਜੋ ਦੇਸ਼ ਦੀ ਸਥਿਤੀ ਬਣੀ ਹੋਈ ਹੈ ਜਿਸ ਤਰੀਕੇ ਨਾਲ ਲੋਕ ਮਰ ਰਹੇ ਨੇ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹਜ਼ਾਰਾਂ ਕਰੋੜ ਦਾ ਘਰ ਬਣ ਰਿਹਾ ਪ੍ਰਧਾਨ ਆਪਦਾ ਕੀ ਹਾਲ ਹੋਊਗਾ ਸਵਾਲ ਇਹ ਬਿਲਕੁਲ ਸਹੀ ਕਿਉਂਕਿ ਜਦੋਂ ਕਿਤੇ ਕੋਈ ਵੀ ਸਮੱਸਿਆ ਘੇਰਦੀ ਹੈ ਤਾਂ ਇਹ ਵੇਖ ਕੇ ਨਹੀਂ ਘੇਰਦੀ ਵੀ ਕਿਹੜਾ ਕਿਹੜੀ ਪਾਰਟੀ ਨਾਲ ਸੰਬੰਧਤ ਹੈ ਕਿਹੜਾ ਕਿਹੜੇ ਧਰਮ ਦੇ ਨਾਲ ਸੰਬੰਧਤ ਹੈ ਉਦੋਂ ਫਿਰ ਸਮੱਸਿਆ ਘੇਰਾ ਹੀ ਪਾਉਂਦੀ ਹੈ ਤੇ ਉਹਦੇ ਨਾਲ ਲੜਨ ਦੇ ਲਈ ਬੰਦੇ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਸਹੀ ਚੰਚ ਦਾ ਵਿਚਾਰ ਪ੍ਰਾਇਮੇਸ਼ਰ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਮੈਂ ਹਰਮਨ ਥੇਂਦ ਮੇਰੇ ਨਾਲ ਸਵਰਨ ਸਿੰਘ ਟਾਣਾ ਚਾਹਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤਾਂ ਹੁਣ ਅੱਗੇ ਵਧੀਏ ਬਿਲਕੁਲ ਜੀ ਆਉਣ ਦਿਓ ਟਾਣਾ ਸਾਹਿਬ ਦੇਖੋ ਪਿਛਲੇ ਦਿਨੀ ਇੱਕ ਬਹੁਤ ਦੁੱਖ ਭਰੀ ਖਬਰ ਆਈ ਸਾਡਾ ਇੱਕ ਭਾਰਤੀ ਪਾਇਲਟ ਅਭਿਨਵ ਚੌਧਰੀ ਮੌਤਲੀ ਬੁੱਕਲ ਦੇ ਵਿੱਚ ਚਲਾ ਗਿਆ ਮੋਗਾ ਜ਼ਿਲ੍ਹੇ ਦਾ ਪਿੰਡ ਹੈਗਾ ਲੰਗੇਆਣਾ ਜੀ ਉੱਥੇ ਜਹਾਜ਼ ਉਹਦਾ ਡਿੱਗ ਪਿਆ ਉਹ ਰਹਾਇਸ਼ੀ ਖੇਤਰ ਦੇ ਵਿੱਚ ਡਿੱਗਣ ਲੱਗਾ ਸੀ ਪਰ ਉਹਨੇ ਆਪਣੀ ਸਿਆਣਪ ਦੇ ਨਾਲ ਉਹਨੇ ਆਪਣੇ ਤਰੀਕੇ ਦੇ ਨਾਲ ਉਹਨੂੰ ਖੇਤਾਂ ਦੇ ਵੱਲ ਲਿਆ ਕੇ ਸੁਟਿਆ ਤੇ ਉਹਨੇ ਆਪ ਆ ਜਿਹੜਾ ਉਹ ਬਲਦਾਨ ਦਿੱਤਾ ਤੇ ਲੋਕਾਂ ਨੂੰ ਬਚਾਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਜੀ ਉਸ ਤੋਂ ਬਾਅਦ ਪਿੰਡ ਵਸਗਾਂ ਨੇ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਆ ਪਿੰਡ ਦੇ ਲੋਕਾਂ ਨੇ ਦਿਨ ਰਾਤ ਫੌਜ ਦੇ ਜਿਹੜੇ ਜਵਾਨ ਆ ਉਹਨਾਂ ਦੀ ਵੀ ਸਹਾਇਤਾ ਕੀਤੀ ਆ ਤੇ ਹੁਣ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਵੀ ਗੱਲ ਕਹੀ ਆ ਵੀ ਜਿਹੜੇ ਭਾਰਤੀ ਫੌਜ ਦੇ ਜਵਾਨ ਆ ਨਾ ਉਹ ਸਾਨੂੰ ਸਹਾਇਤਾ ਕਰਨ ਦੇ ਬਦਲੇ ਜਾਂਦੇ ਹੋਏ ਪ੍ਰਸ਼ੰਸਾ ਪੱਤਰ ਵੀ ਦੇ ਕੇ ਗਏ ਆ ਸਿਫਤ ਕਰਕੇ ਗਏ ਵੀ ਤੁਸੀਂ ਸਾਡੀ ਇੰਨੀ ਮਦਦ ਕੀਤੀ ਆ ਵੈਸੇ ਤਾਂ ਸਭ ਨੂੰ ਹੀ ਕਰਨੀ ਚਾਹੀਦੀ ਆ ਇਕੱਲੇ ਪ੍ਰਸ਼ੰਸਾ ਪੱਤਰ ਲਈ ਥੋੜੀ ਆਪਾਂ ਕਰਨੀ ਆ ਪਰ ਉਹਨਾਂ ਨੇ ਪਿੰਡ ਵਸਗੰ ਦਾ ਬਹੁਤ ਵੱਡੇ ਪੱਧਰ ਤੇ ਧੰਨਵਾਦ ਕੀਤਾ ਲੰਗਰ ਪਾਣੀ ਦਾ ਪ੍ਰਬੰਧ ਕਈ ਰਣ ਦੇ ਲਈ ਪਿੰਡ ਵਸੀਆਂ ਨੇ ਕੀਤਾ ਬਾਕੀ ਜਿਹੜੀ ਵੀ ਚੀਜ਼ ਆ ਸਮਾਨ ਖਿਲ ਰਿਆ ਹੋਇਆ ਜਾਂ ਪਾਇਲਟ ਨੂੰ ਲੱਭਣ ਵਾਸਤੇ ਵੀ ਪਿੰਡ ਵਸੀਆਂ ਨੇ ਬਹੁਤ ਵੱਡੀ ਮਦਦ ਕੀਤੀ ਆ ਪਰ ਕੁਝ ਕਮੀਡੀਏ ਦੇ ਅੰਗਾਂ ਨੇ ਗਲਤ ਖਬਰ ਪੇਸ਼ ਕੀਤੀ ਕਿ ਜੀ ਇਸ ਪਿੰਡ ਦੇ ਲੋਕ ਤਾਂ ਬਲੈਕ ਬਾਕਸ ਵੀ ਚੱਕ ਕੇ ਲੈ ਗਏ ਤੇ ਜਹਾਜ਼ ਦੇ ਪੁਰਜੇ ਚੱਕ ਕੇ ਆਪਣੇ ਘਰਾਂ ਵੱਲ ਲੈ ਗਏ ਕਿਸੇ ਨੇ ਕਥਿਤ ਤੌਰ ਦੇ ਉੱਤੇ ਇੱਕ ਕੋਈ ਜਾਲੀ ਜੀ ਆਡੀਓ ਬਣਾ ਕੇ ਵੀ ਗੁਰਦੁਆਰੇ ਦੇ ਵਿੱਚ ਹੋਕਾ ਦਿੱਤਾ ਗਿਆ ਵੀ ਭਾਈ ਆਪਣੇ ਪਿੰਡ ਦੇ ਕਈ ਲੋਕ ਆ ਜਿਹੜੇ ਉਹ ਸਮਾਨ ਜਹਾਜ਼ ਦਾ ਚੱਕ ਕੇ ਲੈ ਗਏ ਆ ਇਹ ਬਹੁਤ ਸ਼ਰਮ ਵਾਲੀ ਗੱਲ ਆ ਤੁਸੀਂ ਉਹ ਕੀ ਬਣਾ ਕੇ ਖਾਣਾ ਡੰਗਰਾਂ ਨੂੰ ਪਾਉਣਾ ਤੁਸੀਂ ਬਲੈਕ ਬਾਕਸ ਉਹਦਾ ਫਾਇਦਾ ਕੀ ਆ ਸੋ ਜਦੋਂ ਇਹ ਆਡੀਓ ਕਲਿੱਪ ਮੇਰੇ ਕੋਲੇ ਵੀ ਆਈ 10 12 ਜਣਿਆਂ ਨੇ ਮੇਰੇ ਤੱਕ ਵੀ ਭੇਜੀ ਇਹ ਵੀ ਦੇਖੋ ਜੀ ਪਿੰਡ ਵਾਲਿਆਂ ਨੇ ਕੀ ਜਲੂਸ ਕਢਵਾਤਾ ਯਕੀਨ ਮੰਨਿਓ ਮੈਂ ਕਿਸੇ ਦੇ ਨਾਲ ਸਾਂਝੀ ਨਹੀਂ ਕੀਤੀ ਹਮ ਮੈਂ ਕਿਹਾ ਵੀ ਬਹੁਤ ਵਾਰ ਇਹੋ ਜੀਆਂ ਖਬਰਾਂ ਛੁਰਲੀ ਨੁਮਾ ਹੁੰਦੀਆਂ ਤੇ ਨਿਕਲੀ ਵੀ ਉਵੇਂ ਹੀ ਹੁਣ ਪਿੰਡ ਦੇ ਲੋਕਾਂ ਨੇ ਇਤਰਾਜ਼ ਕੀਤਾ ਵੀ ਸਾਡੇ ਪਿੰਡ ਨੂੰ ਬਦਨਾਮ ਕਿਹੜੀ ਗੱਲੋਂ ਕੀਤਾ ਗਿਆ ਜਦੋਂ ਉਹ ਤਾਂ ਸਾਨੂੰ ਪ੍ਰਸ਼ੰਸਾ ਪੱਤਰ ਲਿਖੇ ਗਏ ਆ ਫੌਜ ਦੇ ਜਵਾਨ ਕਹਿੰਦੇ ਸਾਡੇ ਕੋਲੇ ਬਲੈਕ ਬਾਕਸ ਵੀ ਹੈਗਾ ਇੱਕ ਚੀਜ਼ ਇੱਕ ਤਾਰ ਨਹੀਂ ਇਥੋਂ ਗਵਾਚੀ ਦੇ ਪਿੰਡ ਦੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਮਦਦ ਕੀਤੀ ਤੁਸੀਂ ਕਿਹੜੀ ਗੱਲੋਂ ਇਦਾਂ ਦਾ ਕੰਮ ਕੀਤਾ ਹੂੰ ਲੋਕ ਐਵੇਂ ਚੌਧਰੀ ਬਣ ਜਾਂਦੇ ਨੇ ਜੀ ਇਹ ਦੇਖੋ ਤੁਸੀਂ ਮੈਨੂੰ ਹੈਰਾਨੀ ਹੁੰਦੀ ਹੁੰਦੀ ਹੈ ਨਾਲੇ ਤਾਂ ਕਹੀ ਜਾਣਗੇ ਕਿ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਆਪਾਂ ਆਪਣੇ ਪੰਜਾਬੀਆਂ ਨੂੰ ਬਦਨਾਮ ਨਹੀਂ ਕਰਨਾ ਨਾਲੇ ਇਹੋ ਜਿਹੀਆਂ ਆਡੀਓਜ਼ ਨਾਲ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਐਵੇਂ ਫੈਲਾਈ ਜਾਣਗੇ ਸੋ ਕਿਸੇ ਵੀ ਗੱਲ ਦੀ ਤੈਅ ਤੱਕ ਜਾ ਕੇ ਕਿਸੇ ਵੀ ਚੀਜ਼ ਦੇ ਬਾਰੇ ਵਿੱਚ ਸੱਚ ਝੂਠ ਜਾਣ ਕੇ ਉਸ ਤੋਂ ਬਾਅਦ ਅੱਗੇ ਆਪਣੀ ਪ੍ਰਤੀਕਿਰਿਆ ਦੇਣਾ ਸੱਚ ਦੀ ਝੂਠ ਦੀ ਤੈਅ ਤੱਕ ਜਾਣਨ ਦੇ ਲਈ ਨਾ ਘਰ ਦੇ ਵਿੱਚੋਂ ਨਿਕਲਣਾ ਪੈਂਦਾ ਜੀ ਟਕਾਣੇ ਦੇ ਉੱਤੇ ਪਹੁੰਚਣਾ ਪੈਂਦਾ ਜਿੱਥੇ ਘਟੜਾਂ ਵਾਪਰੀ ਹੁੰਦੀ ਐ ਉਹਦੇ ਲਈ ਮਿਹਨਤ ਕਰਨੀ ਪੈਂਦੀ ਤੇ ਮਿਹਨਤ ਕਰਨ ਤੋਂ ਪਾ ਭਾਈਦੇ ਆ ਆਪਾਂ ਨੂੰ ਤਾਂ ਬਸ ਇਹ ਆ ਵੀ ਕਮਰੇ 'ਚ ਬੈਠੇ ਹੋਏਗੇ ਤੇ ਆਪਾਂ ਐਂ ਕਰ ਕਰਕੇ ਇਹਦੀ ਛੁਰ ਲਈ ਐ ਇਹਨੂੰ ਛੜਤੀ ਇਹਦੀ ਛੁਰ ਲਈ ਐ ਇਹਨੂੰ ਛੜਤੀ ਇਹਦੇ ਬਾਰੇ ਜਾਣਕਾਰੀ ਜੀ ਵੇਖ ਲਈ ਐਨੇ ਤੇ ਗੰਦੀ ਬੰਦੀ ਟਿੱਪਣੀ ਕਰਤੀ ਇਹਨੂੰ ਡਿਸਲਾਈਕ ਕਰਤਾ ਆਪਾਂ ਤਾਂ ਇਸ ਕੰਮ ਚ ਰੁੱਝੇ ਆ ਸੋ ਇਨਾ ਗੱਲਾਂ ਦੇ ਕਰਕੇ ਵੀ ਪੰਜਾਬ ਦਾ ਨੁਕਸਾਨ ਹੋਇਆ ਸਾਡੀ ਬੌਧਿਕਤਾ ਦਾ ਇੱਥੋਂ ਪਤਾ ਲੱਗ ਜਾਂਦਾ ਵੀ ਅਸੀਂ ਕਿੱਥੇ ਜੇ ਖੜੇ ਆ ਤੇ ਅਸੀਂ ਕਿਹੋ ਜਿਹਾ ਸਰਕਾਰਾਂ ਚੁੜਾਂਗੇ ਜਦੋਂ ਅਸੀਂ ਆਪਦੇ ਪਿੰਡ ਨੂੰ ਆਪ ਹੀ ਬਦਨਾਮ ਕਰ ਲਏ ਨੇ ਜੇਕਰ ਟਹਿਣਾ ਸਾਹਿਬ ਆਪਾਂ ਵੇਖਿਆ ਕਿ ਜਿਨ੍ਹਾਂ ਲੋਕਾਂ ਨੇ ਇਸ ਆਡੀਓ ਨੂੰ ਅੱਗੇ ਤੋਂ ਅੱਗੇ ਫੈਲਾਇਆ ਪਹਿਲਾਂ ਤਾਂ ਬਣਾਇਆ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਫੈਲਾਇਆ ਤੁਸੀਂ ਇਹ ਦੇਖੋ ਕਿ ਉਹ ਕਿਹੜੀ ਮਾਨਸਿਕਤਾ ਦੇ ਮਾਲਕ ਹੋਣਗੇ ਵੀ ਕਿੰਨੀ ਛੇਤੀ ਅਸੀਂ ਸਵਾਦ ਲੈਨੇ ਨਾ ਵੀ ਲੈ ਫਲਾਣੇ ਪਿੰਡ ਬਾਰੇ ਪਤਾ ਲੱਗਿਆ ਆਪਾਂ ਫਟਾਫਟ ਸਾਰਿਆਂ ਨੂੰ ਦੱਸ ਦਿਆਂ ਵੇਖੀ ਕਿੱਦਾਂ ਦੇ ਲੋਕ ਨੇ ਆਪ ਕਿੱਦਾਂ ਨੇ ਅਸੀਂ ਪਿਛਲੇ ਦਿਨੀ ਨਾ ਇੱਕ ਬਜ਼ੁਰਗ ਬੰਦੇ ਨੇ ਇੱਕ ਵਿਆਹ ਦੀ ਵੀਡੀਓ ਆਈ ਜੀ ਉਹ ਬਜ਼ੁਰਗ ਬੰਦਾ ਉਹਦੇ ਹੁਣ ਰੋਟੀ ਨਹੀਂ ਪੱਕਦੀਗੀ ਭੈਣ ਭਰਾ ਉਹਦਾ ਕੋਈ ਸਾਰ ਨਹੀਂ ਲੈਂਦੇਗੇ ਉਹਨੇ ਆਪਦਾ ਜ਼ਿੰਦਗੀ ਦੇ ਵਿੱਚ ਇਸ ਮੋੜ ਦੇ ਉੱਤੇ ਆ ਕੇ ਤੇ ਵਿਆਹ ਦਾ ਪ੍ਰਬੰਧ ਕੀਤਾ ਤੇ ਰਿਸ਼ਤੇਦਾਰੀਆਂ ਪਿੰਡ ਵਾਸੀਆਂ ਦੇ ਹਾਜ਼ਰੀ ਦੇ ਵਿੱਚ ਕੀਤਾ ਸਾਰਾ ਕੁਝ ਤੇ ਕਈ মিডিਏ ਵਾਲੇ ਉਹਨਾਂ ਦੇ ਘਰੇ ਪਹੁੰਚ ਗਏ ਅਖੇ ਜੀ ਤੁਸੀਂ ਤਾਂ ਤੁਹਾਡੀ ਦਾੜੀ ਚਿੱਟੀ ਆ ਤੁਸੀਂ ਕੁੜੀ ਨਾਲ ਵਿਆਹ ਕਿਉਂ ਕਰਵਾਇਆ ਉਹ ਕਹਿੰਦੇ ਤੁਸੀਂ ਬੜੇਵੇਂ ਲੈਣੇ ਵਿੱਚੋਂ ਜੀ ਜੇ ਤਾਂ ਕਿਸੇ ਕੁੜੀ ਨੇ ਇਤਰਾਜ਼ ਜ਼ਾਹਰ ਕੀਤਾ ਹੋਵੇ ਫਿਰ ਤਾਂ ਹੈ ਵੀ ਤੁਸੀਂ ਲੰਬੜਦਾਰੀ ਦਾ ਠੇਕਾ ਲਿਆ ਮੈਨੂੰ ਸਮਝ ਨਹੀਂ ਆਈ ਟੈਣਾ ਸਾਹਿਬ ਕੱਲਾ ਕੱਲਾ ਜਾ ਕੇ ਪੱਤਰਕਾਰ ਨਾਲ ਮਾਈਕ ਉਹਨਾਂ ਦੇ ਅੱਗੇ ਤੁੰਨ ਰਿਹਾ ਕਦੀ ਕੁੜੀ ਦੇ ਅੱਗੇ ਕਦੀ ਉਹਨਾਂ ਦੇ ਅੱਗੇ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਵਿੱਚੋਂ ਕੀ ਆਪਾਂ ਰਿਸ਼ਤੇਦਾਰ ਆ ਉਸ ਬੰਦੇ ਨੂੰ ਕਹਿੰਦੇ ਤੁਸੀਂ ਰੋਟੀ ਦਿੱਤੀ ਉਹ ਕੁੜੀ ਵਿਧਵਾ ਤੁਸੀਂ ਕਦੇ ਉਹਦੀ ਸਾਰ ਲਈ ਉਹਨਾਂ ਦੇ ਘਰ ਦੇ ਵਿੱਚ ਕੀ ਮੁਸੀਬਤਾਂ ਪਰ ਆਪਾਂ ਸਵਾਦ ਲੈਣਾ 10 ਬੰਦਿਆਂ ਨੇ ਘੱਟੋ-ਘੱਟ ਮੈਨੂੰ ਇਹ ਵੀਡੀਓ ਭੇਜੀ ਤੀ ਆਹ ਦੇਖੋ ਜੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਕੁਝ ਬੋਲੋ ਤੇ ਮੈਂ ਕਹਾਂ ਮੈਂ ਕਿਉਂ ਬੋਲਾਂ ਤੂੰ ਹੈਗਾ ਤਾਂ ਹੈ ਬੋਲਣ ਨੂੰ ਰਣਾ ਸਾਹਿਬ ਹਰੇਕ ਦੀ ਆਪਣੀ ਮਰਜ਼ੀ ਹੁੰਦੀ ਹੈ ਵੀ ਮੈਂ ਆਪਣੀ ਜ਼ਿੰਦਗੀ ਨੂੰ ਲੈ ਕੇ ਕੀ ਫੈਸਲੇ ਲੈਣੇ ਨੇ ਇਹ ਮੇਰੀ ਮਰਜ਼ੀ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਕੀ ਫੈਸਲੇ ਲੈਣੇ ਆ ਇਹ ਤੁਹਾਡੀ ਮਰਜ਼ੀ ਆ ਲੋਕ ਕੌਣ ਨੇ ਵਿੱਚ ਵੀ ਅਸੀਂ ਫਟ ਜਾ ਕੇ ਸਵਾਲ ਖੜਾ ਕਰਦੇ ਆ ਆ ਵੇਖੋ ਜੀ ਸ਼ਰਮਲਾਤੀ ਬਜ਼ੁਰਗ ਨੇ ਉਹਦੇ ਨਾਲ ਵਿਆਹ ਕਰਾ ਲਿਆ ਜਦੋਂ ਨਾਲ ਦੋਵਾਂ ਨੂੰ ਆਪਸ ਦੇ ਵਿੱਚ ਕੋਈ ਵੀ ਸਮੱਸਿਆ ਵਾਰਕ ਜੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਤੇ ਫਿਰ ਅਸੀਂ ਤੁਸੀਂ ਕਹੋਂ ਆਪਾਂ ਖੁਦ ਕਿੰਨੇ ਚੰਗੇ ਆ ਪਹਿਲਾਂ ਅੱਖਾਂ ਬੰਦ ਕਰਕੇ ਇਹਨਾਂ ਸਵੈ ਚਿੰਤਨ ਕਰੋ ਹੂੰ ਆਪਾਂ ਦੁੱਧ ਤੋਂਤੇ ਆਪਾਂ ਕੀ ਲੈਣਾ ਕਿਸੇ ਤੋਂ ਆਪਦੇ ਕੰਮ ਦੇ ਵੱਲ ਤੇ ਆਪਦੇ ਟੱਬਰ ਦੇ ਵੱਲ ਖਿਆਲ ਕਰੋ ਜੀ ਆਪਾਂ ਦੂਜਿਆਂ ਦੇ ਵੱਲ ਇਹ ਕਿਹੜੀ ਗੱਲਾਂ ਖਿਆਲ ਕਰਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਡੀਆਂ ਇਹੋ ਜੀਆਂ ਦਖਲ ਅੰਦਾਜ਼ੀਆਂ ਦੇ ਕਰਕੇ ਸਮਾਜ ਦਾ ਤੇ ਪੰਜਾਬ ਦਾ ਕੀ ਸਮਰਦਾ ਸੋ ਆਪਾਂ ਵਿਹਲੜ ਨਾ ਸਾਬਤ ਹੋਈਏ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਅਸੀਂ ਵਿਹਲੜ ਕਿੰਨੇ ਆ ਅਸੀਂ ਤਮਾਸ਼ੀਬੀਨ ਕਿੰਨੇ ਆ ਤੇ ਆਪਾਂ ਇਹਨਾਂ ਗੱਲਾਂ ਤੋਂ ਬਾਹਰ ਨਿਕਲ ਗਏ ਜੀ

ਕਣਾ ਸਾਹਿਬ ਇਸ ਵੇਲੇ ਵੈਕਸੀਨੇਸ਼ਨ ਦੀ ਜੇ ਗੱਲ ਕਰੀਏ ਤਾਂ ਰਫ਼ਤਾਰ ਬਹੁਤ ਹੌਲੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਨੇ ਔਰ ਉਹਨਾਂ ਸਵਾਲਾਂ ਦਾ ਜਵਾਬ ਉਹਨਾਂ ਨੂੰ ਕਿਤੇ ਵੀ ਨਹੀਂ ਮਿਲ ਰਿਹਾ ਬਹੁਤ ਸਾਰੀਆਂ ਅਫਵਾਹਾਂ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਤਜਰਬੇ ਸਾਂਝੇ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਜਿਹੜੇ ਸਵਾਲ ਆ ਉਹਨਾਂ ਦਾ ਜਵਾਬ ਹੈ ਨਹੀਂਗਾ ਤੁਸੀਂ ਇਹ ਵੇਖੋ ਕਿ ਇਸ ਵੇਲੇ ਜਿਹੋ ਜਿਹੋ ਜੀਆਂ ਖਬਰਾਂ ਆ ਰਹੀਆਂ ਨੇ ਇਸ ਵੈਕਸੀਨੇਸ਼ਨ ਨੂੰ ਲੈ ਕੇ ਉਹ ਖਬਰਾਂ ਹੈਰਾਨ ਕਰ ਦਿੰਦੀਆਂ ਨੇ ਅਸਰੀਉ ਨਦੀ ਹੈ ਯੂਪੀ ਦੇ ਵਿੱਚ ਉੱਥੋਂ ਖਬਰ ਆਈ ਹੈ ਸਾਹਮਣੇ ਕਿ ਕਹਿੰਦੇ ਇੱਕ ਪਿੰਡ ਦੇ ਵਿੱਚ ਸ ਤਦ ਵਿਪਾਕ ਦੇ ਜਿਹੜੇ ਲੋਕ ਨੇ ਉਹ ਗਏ ਉੱਥੇ ਜਾ ਕੇ ਵੈਕਸੀਨੇਸ਼ਨ ਕਰਨ ਦੇ ਲਈ ਜਦੋਂ ਪਿੰਡ ਵਾਲਿਆਂ ਨੂੰ ਕਿਹਾ ਮਿੰਤਾਂ ਕੀਤੀਆਂ ਉਹਨਾਂ ਨੂੰ ਸਮਝਾਇਆ ਕਿ ਤੁਹਾਡੇ ਟੀਕਾਕਰਨ ਕਰਨਾ ਹੈ ਤੇ ਆਓ ਤੁਸੀਂ ਟੀਕੇ ਲਵਾ ਲਓ ਤੇ ਲੋਕਾਂ ਨੇ ਉੱਥੇ ਇੱਕ ਸਰੀਉ ਨਦੀ ਹੈ ਉਹਦੇ 'ਚ ਛਾਲਾ ਮਾਰ ਦਿੱਤੀਆਂ ਕਿ ਤੁਸੀਂ ਸਾਡੇ ਜ਼ਹਿਰ ਦਾ ਟੀਕਾ ਲਾਉਣ ਆਏ ਹੋ ਅਸੀਂ ਲਵਾਉਣਾ ਹੀ ਨਹੀਂ ਦੇਖੋ ਇਹ ਗੱਲਾਂ ਕਿਉਂ ਪੈਦਾ ਹੁੰਦੀਆਂ ਕਿਉਂਕਿ ਅਸੀਂ ਲੋਕਾਂ ਨੂੰ ਜਾਗਰੂਕ ਹੀ ਨਹੀਂ ਕੀਤਾ ਤੇ ਇਹ ਰਾਮਰਾਜਾ ਵਾਲਾ ਸੂਬਾ ਹੂੰ ਇੱਥੇ ਰਾਮਰਾਜ ਦੀ ਗੱਲ ਕਰਦੇ ਆ ਇਥੇ ਵਿਕਾਸ ਦੀ ਗੱਲ ਨਹੀਂ ਇਥੇ ਧਰਮ ਦੀ ਗੱਲ ਕਰਦੇ ਆ ਤੇ ਇਥੇ ਉਸ ਧਰਮ ਦੇ ਲੋਕ ਵੀ ਆ ਜਿਹੜੇ ਉਹ ਨਦੀਆਂ ਦੇ ਵਿੱਚ ਰੁੱੜਦੇ ਫਿਰਦੇ ਆ ਜਿਹੜੇ ਧਰਮ ਦੇ ਸਿਰਲੇ ਉੱਤੇ ਇਹਨਾਂ ਦੇ ਵੱਲੋਂ ਹਰ ਵਾਰ ਰਾਜਨੀਤਿਕ ਰੋਟੀਆਂ ਸੇਕੀਆਂ ਜਾਂਦੀਆਂ ਹਿੰਦੂ ਵੀ ਸਾਡੇ ਭੈਣ ਭਾਈ ਆ ਮੁਸਲਮਾਨ ਭੈਣ ਭਾਈ ਆ ਸਾਨੂੰ ਤਾਂ ਇਉਂ ਲੱਗਦਾ ਹੀ ਨਹੀਂ ਵੀ ਭਾਈ ਆ ਫਲਾਣੇ ਧਰਮ ਦਾ ਬੰਦਾ ਜੀ ਬੰਦੇ ਨੂੰ ਪੁੱਛਗੇ ਤਾਂ ਪਤਾ ਲੱਗਦਾ ਇਹ ਕੁਮਾਰ ਆ ਸ਼ਰਮਾ ਸਿੰਘ ਆ ਅਹਿਮਦ ਆ ਕੌਣ ਆ ਹੈਗਾ ਪਰ ਆਪਾਂ ਇਸ ਗੱਲ ਨੂੰ ਪੁੱਛ ਕੇ ਕੀ ਲੈਣਾ ਪਰ ਇਹ ਰਾਜਨੀਤਿਕ ਲੋਕ ਆ ਜਿਹੜੇ ਸਾਡੇ ਵਿੱਚ ਵੰਡੀਆਂ ਪਾਉਂਦੇ ਆ। ਹੋਰ ਤੁਸੀਂ ਇਹ ਦੱਸੋ ਵੀ ਯੂਪੀ ਦੇ ਵਿੱਚ ਲੋਕ ਕਿੰਨੇ ਕੁ ਸੌਖੇ ਆ? ਯੂਪੀ ਦੇ ਵਿੱਚ ਲੋਕ ਕੀ ਕੁਝ ਕਰ ਰਹੇ ਆ? ਇਸ ਵਕਤ ਯੂਪੀ ਦੇ ਵਿੱਚ ਜਾਗਰੂਕਤਾ ਦੀ ਇੰਨੀ ਘਾਟ ਆ। ਸਿਹਤ ਵਿਭਾਗ ਦੀ ਟੀਮ ਗਈ ਜਿਵੇਂ ਤੁਸੀਂ ਦੱਸਿਆ ਤੇ ਲੋਕਾਂ ਨੇ ਨਦੀ ਵਿੱਚ ਛਾਲਾ ਸਰੀਓ ਦੇ ਵਿੱਚ ਇਸ ਕਰਕੇ ਮਾਰਤੀਆਂ ਵੀ ਇਹਨਾਂ ਦੇ ਉੱਤੇ ਭਰੋਸਾ ਕੋਈ ਨਹੀਂ। ਇਹ ਸਾਨੂੰ ਮਾਰ ਦੇਣਗੇ। ਸਾਡਾ ਕਤਲ ਕਰਨ ਆਏ ਆ। ਸਿਹਤ ਵਿਭਾਗ ਦੀਆਂ ਟੀਮਾਂ ਨਦੀ ਦੇ ਕੰਢੇ ਤੇ ਖੜਕੇ ਮਿੰਤਾ ਕਰਦੀਆਂ ਰਹੀਆਂ ਵੀ ਬਾਹਰ ਆ ਜਾਓ ਟੀਕਾ ਲਵਾਉਣਾ ਨਾਲ ਲਵਾਉਣਾ ਤੁਹਾਡੀ ਮਰਜ਼ੀ ਆ। ਕੁਝ ਕੁ ਲੋਕ ਬਾਹਰ ਨਿਕਲਿਆ ਆਏ। ਤੇ ਪੂਰਾ ਦਿਨ ਮਿਹਨਤ ਕਰਨ ਤੋਂ ਬਾਅਦ ਐਸ ਡੀ ਐਮ ਉੱਥੇ ਆਇਆ ਹੂੰ ਬਾਕੀ ਵੱਡੇ ਅਧਿਕਾਰੀ ਉੱਥੇ ਆਏ ਤੇ ਸਿਰਫ 18 ਲੋਕਾਂ ਨੇ ਟੀਕਾ ਲਵਾਇਆ ਹੁਣ ਅੱਗੋਂ ਵਿੱਚੋਂ ਗੱਲ ਕੀ ਨਿਕਲ ਕੇ ਆਈ ਕਹਿੰਦੇ ਜੀ ਯਹਾਂ ਕੇ ਲੋਕੋ ਮੇਂ ਸਾਖਰਤਾ ਕੀ ਕਮੀ ਹੈ ਯਹਾਂ ਕੇ ਲੋਕ ਕਮ ਪੜੇ ਲਿਖੇ ਹੈ ਤੇ ਸਾਢੇ 4 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਆ ਯੋਗੀ ਦਿੱਤਿਆ ਨਾਥ ਨੂੰ ਥੋਤੀ ਤੋਂ ਬਿਨਾ ਹੋਰ ਕੋਈ ਸੋਚਦਾ ਹੀ ਨਹੀਂਗਾ ਤੇ ਇਹ ਦੱਸੋ ਵੀ ਥੋਤੀ ਸਮਹਰਨ ਤੋਂ ਬਿਨਾ ਦੇਸ਼ ਨੂੰ ਸਮਹਰਨ ਦੀ ਕੋਸ਼ਿਸ਼ ਕੀਤੀ ਨਹੀਂ ਤੇ ਆਪਾਂ ਸਾਖਰਤਾ ਲਿਆਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਆਪਾਂ ਜੇ ਆਪਾਂ ਨੂੰ ਪਤਾ ਸੀ ਕਿ ਉੱਥੇ ਲੋਕ ਪੜੇ ਲਿਖੇ ਨਹੀਂ ਤੇ ਫਿਰ ਉੱਥੇ ਲੋਕਾਂ ਨੂੰ ਪੜਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਸਭ ਤੋਂ ਵੱਡੀ ਚੀਜ਼ ਇਹ ਹੈ ਕਿਉਂਕਿ ਭਾਰਤ ਦੇ ਵਿੱਚ ਕੇਰਲਾ ਵਰਗੀ ਥਾਂ ਵੀ ਹੈਗੀ ਹੈ ਜਿੱਥੇ ਸਭ ਤੋਂ ਵੱਧ ਸਾਖਰਤਾ ਹੈ ਤੇ ਕੇਰਲਾ ਦੇ ਉੱਤੇ ਆਪਾਂ 100 ਕਿਸਮ ਦੀਆਂ ਤੋਮਤਾ ਲਾਉਨੇ ਆਂ ਵੀ ਕੇਰਲਾ ਤਾਂ ਐ ਹੋ ਗਿਆ ਉਹਨਾਂ ਨੇ ਬਰਬਾਦ ਕਰਤਾ ਉੱਥੇ ਸਾਖਰਤਾ ਸਭ ਤੋਂ ਵੱਧ ਆ ਇਹ ਨਹੀਂ ਦੱਸ ਸਕੇ ਵੀ ਭਾਈ ਟੀਕਾ ਲਵਾਉਣ ਦਾ ਫਾਇਦਾ ਕਿ ਨੁਕਸਾਨ ਹੈ ਬਿਲਕੁਲ ਸਹੀ ਹੈ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਸੀ ਤੁਸੀਂ ਜਾ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰੋ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਸਮਝਾਓ ਕਿਹੜੀ ਚੀਜ਼ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਅੱਜ ਤੱਕ ਤੁਸੀਂ ਲੋਕਾਂ ਨੂੰ ਕਿਤਾਬਾਂ ਦੇ ਨੇੜੇ ਤਾਂ ਲੱਗਣ ਹੀ ਨਹੀਂ ਦਿੱਤਾ ਕਿਉਂਕਿ ਜੇ ਉਹ ਕਿਤਾਬਾਂ ਦੇ ਨੇੜੇ ਲੱਗ ਜਾਂਦੇ ਜੇ ਉਹ ਪੜ੍ਹ ਲਿਖ ਜਾਂਦੇ ਤੁਹਾਨੂੰ ਸਵਾਲ ਕਰਨੇ ਸੀ ਸਵਾਲਾਂ ਦੇ ਸਾਡੇ ਕੋਲ ਜਵਾਬ ਹੈ ਨਹੀਂ ਸੋ ਇਸ ਲਈ ਅਸੀਂ ਸਿਰਫ ਤੇ ਸਿਰਫ ਉਹਨਾਂ ਨੂੰ ਲੜਾਉਣ ਦੀ ਵੰਡਣ ਦੀ ਕੋਸ਼ਿਸ਼ ਕੀਤੀ ਜਾਂ ਭਰਾਦਰੀ ਦੇ ਅਧਾਰ ਤੇ ਜੇ ਉਹ ਪੂਰੀ ਪਾਸੇ ਤੋਰੀ ਫਿਰਦੇ ਆ ਮਹਾਭਾਰਤ ਦੇ ਵਿੱਚ ਇੰਟਰ ਫਲਾਣਾ ਇਉਂ ਸੀ ਫਲਾਣਾ ਇਉਂ ਸੀ ਗਊ ਮੂਤਰ ਇਉਂ ਆ ਗੋਹਾ ਇਉਂ ਆ ਫਲਾਣੀ ਚੀਜ਼ ਐਦਾਂ ਫਲਾਣੀ ਐਦਾਂ ਵੀ ਕਦੇ ਉਹ ਵੀ ਗੱਲ ਕਰ ਲੋ ਜਿਹੜੀਆਂ ਗੱਲਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਦੇ ਉਹ ਵੀ ਗੱਲ ਕਰ ਲੋ ਜਿਹੜੀਆਂ ਕਿ ਧਰਮ ਤੋਂ ਥੋੜਾ ਜਿਹਾ ਪਰੇ ਵੀ ਹੋਣ ਆਪਾਂ ਮਨੁੱਖ ਦੀ ਕਦਰ ਕਰਕੇ ਮਨੁੱਖਾਂ ਨੇ ਸਾਨੂੰ ਵੋਟਾਂ ਪਾਈਆਂ ਬਿਲਕੁਲ ਸਹੀ ਹੁਣ ਇੱਕ ਖਬਰ ਆਈ ਹੈ ਜਿਹੜੀ ਕਿ ਬਰਤਾਨੀਆ ਦੇ ਇੱਕ ਖਬਰ ਏਜੰਸੀ ਰਾਈਟਰਸ ਜੀ ਉਹਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਮੁੱਦਾ ਉਭਾਰਿਆ ਗਿਆ ਵੀ ਦੇਖੋ ਜੀ ਇਹ ਰਾਮਰਾਜਾ ਵਾਲੇ ਸੂਬੇ ਦੇ ਵਿੱਚ ਲਾਸ਼ਾਂ ਕਿਵੇਂ ਰੁੱੜਦੀਆਂ ਫਿਰਦੀਆਂ ਉਹਨਾਂ ਨੇ ਸਵਾਲ ਕੀਤਾ ਵੀ ਦੇਸ਼ ਦੀ ਇਸ ਤੋਂ ਬਦਤਰ ਸਥਿਤੀ ਕੀ ਹੋਊਗੀ ਲਾਸ਼ਾਂ ਨੂੰ ਵੇਖ ਕੇ ਐਂ ਲੱਗਦਾ ਇੱਕ ਲਾਸ਼ ਦੋ ਲਾਸ਼ ਤਿੰਨ ਲਾਸ਼ ਚਾਰ ਲਾਸ਼ਾਂ ਵੀ ਜਿਵੇਂ ਲਾਸ਼ਾਂ ਦੀ ਫਸਲ ਪੈਦਾ ਕੀਤੀ ਹੋਵੇ ਸੋ ਦੁੱਖ ਦੀ ਗੱਲ ਆ ਸ਼ਰਮ ਵਾਲੀ ਗੱਲ ਵੀ ਆ ਪਤਾ ਨਹੀਂ ਰਣਾ ਸਾਹਿਬ ਜਾਂ ਤਾਂ ਇਹ ਵਿਦੇਸ਼ੀ মিডিਆ ਨੂੰ ਸੁਣਦੇ ਨਹੀਂ ਜਾਂ ਇਹਨਾਂ ਨੂੰ ਸਿਰਫ ਆਪਣਾ ਹੀ মিডিਆ ਜਿਹੜਾ ਇਹਨਾਂ ਦੇ ਬਾਰੇ ਜੀ ਹਮੇਸ਼ਾ ਸਿਫਤਾਂ ਦੇ ਪੁੱਲ ਬੰਨ੍ਹਦਾ ਰਹਿੰਦਾ ਉਹਨੂੰ ਹੀ ਸੁਣਨਾ ਪਸੰਦ ਹੈ ਵੀ ਤੁਸੀਂ ਟਾਈਮਜ਼ ਮੈਗਜ਼ੀਨ ਵਾਲੀ ਵੇਖ ਲਓ ਉਹਦੇ ਪਹਿਲੇ ਸਫੇ ਦੇ ਉੱਪਰ ਉਹਦੇ ਕਵਰ ਦੇ ਉੱਪਰ ਕੀ ਕੀ ਛਾਪ ਰਿਆ ਇੰਡੀਆ ਦੇ ਬਾਰੇ ਜੀ ਇਹਨਾਂ ਦੀ ਮਰਜ਼ੀ ਮੁਤਾਬਕ ਜੀ মিডিਆ ਵੀ ਇਹਨਾਂ ਦੀ ਮਰਜ਼ੀ ਮੁਤਾਬਕ ਹੋਣਾ ਚਾਹੀਦਾ ਸਾਰਾ ਕੁਝ ਆਪਣੇ ਮੁਤਾਬਕ ਹੋਵੇ ਨਾ ਫਿਰ ਠੀਕ ਆ ਜੇਕਰ ਕੋਈ ਬੰਦਾ ਵੱਖਰੀ ਸੁਰ ਰੱਖੂਗਾ ਫਿਰ ਉਹਨੂੰ ਚੀਨ ਨੇ ਫੰਡਿੰਗ ਕੀਤੀ ਬਿਲਕੁਲ ਉਹਨੂੰ ਵਿਦੇਸ਼ੀ ਵਿਰੋਧੀ ਤਾਕ ਮੈਨ ਮੰਨਣਾ ਪਊਗਾ ਕਿ ਸਾਡੀਆਂ ਸਰਕਾਰਾਂ ਕਿਤੇ ਨਾ ਕਿਤੇ ਹਰ ਫਰੰਟ ਤੇ ਫੇਲ ਸਾਬਤ ਹੋਈਆਂ ਨੇ ਉਹਨਾਂ ਨੇ ਲੋਕਾਂ ਦੇ ਲਈ ਜੋ ਕੁਝ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹ ਬਿਲਕੁਲ ਨਹੀਂ ਕੀਤਾ ਉਹਨਾਂ ਨੇ ਜੋ ਕੁਝ ਉਹਨਾਂ ਨੂੰ ਲੋਕਾਂ ਨੂੰ ਕਹਿ ਲੋ ਵੀ ਲੁੜਿੰਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਸੀ ਉਹ ਬਿਲਕੁਲ ਨਹੀਂ ਦਿੱਤੀਆਂ ਪਰ ਮੰਨ ਕੇ ਕੋਈ ਰਾਜ਼ੀ ਨਹੀਂ ਬਿਲਕੁਲ ਸਹੀ ਜੱਜ ਦਾ ਵਿਚਾਰ ਹਰਮਨਜੀਤ ਭਾਰਤ ਦੇ ਪ੍ਰਧਾਨ ਮੰਤਰੀ ਸਾਬ ਨਾ ਤਾਂ ਯੂਰਪ ਜਾ ਸਕਣ ਤੇ ਨਾ ਅਮਰੀਕਾ ਕਿਉਂ ਬੜੀ ਵੱਡੀ ਸਮੱਸਿਆ ਰਾਂ ਨੂੰ ਆ ਜਾਣੀ ਆ ਆ ਪਿੱਛੇ ਜੇ ਨੇਪਾਲ ਗਏ ਸੀ ਹੂੰ ਨੇਪਾਲ ਨੇ ਹਾਲੇ ਪਾਬੰਦੀ ਨਹੀਂ ਲਾਈਗੀ ਤਦ ਇਹ ਤਾਂ ਉਹਨਾਂ ਦਾ ਉਧਰ ਜਾਣਾ ਵੀ ਔਖਾ ਹੋ ਜਾਣਾ ਸੀ ਜਨਾਬ ਸਾਹਿਬ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਮਤਲਬ ਮਸਾਂ ਤਾਂ ਇੰਨੇ ਮਹੀਨੇ ਆਪਣੇ ਮੁਲਕ ਦੇ ਵਿੱਚੋਂ ਫਸੇ ਰਹੇ ਨੇ ਮਸਾਂ ਕਿਤੇ ਉਹਨਾਂ ਨੇ ਮੜਾ ਜਾ ਪਾਇਲਟ ਨੂੰ ਕਿਹਾ ਸੀ ਵੀ ਕਪੜਾ-ਕੁਪੜਾ ਫੇਰ ਜਹਾਜ਼ ਦੇ ਉੱਪਰ ਮਸਾਂ ਨੂੰ ਫਿਰ ਤੋਂ ਸਟਾਰਟ ਕੀਤਾ ਫਿਰ ਤੋਂ ਉਹਦੀ ਸਵਾਰੀ ਕਰਨੀ ਸ਼ੁਰੂ ਕੀਤੀ ਹੁਣ ਤੁਸੀਂ ਕਿਹਿਆ ਨੂੰ ਜਾ ਨਹੀਂ ਸਕਦੇ ਮੈਂ ਥੋੜੀ ਕਹਨਾ ਜੀ ਇਹ ਨਿਯਮਾਂ ਦੇ ਮੁਤਾਬਕ ਕਸਵੱਟੀ ਤੇ ਖਰੇ ਨਹੀਂ ਉਤਰ ਲੈਗੇ ਕਿਉਂ ਉਹਦਾ ਕਾਰਨ ਇਹ ਹੈ ਵੀ WHO ਯਾਨੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਕੋਵੈਕਸੀਨ ਹੈ ਨਾ ਜਿਨ੍ਹਾਂ ਨੇ ਉਹ ਲਵਾਈ ਆ ਤੇ ਉਹ ਨਿਯਮਾਂ ਦੇ ਮੁਤਾਬਕ ਅਮਰੀਕਾ ਤੇ ਯੂਰਪ ਦੀ ਯਾਤਰਾ ਕਰਨ ਦੇ ਸਮਰੱਥ ਨਹੀਂਗੇ ਕਿਉਂਕਿ ਉਹਨਾਂ ਦੇਸ਼ਾਂ ਨੇ ਇਹ ਗੱਲ ਕਹੀ ਹੈ ਜਿਹੜੀ ਸੂਚੀ ਬਣੀ ਅਸਲ ਦੇ ਵਿੱਚ WHO ਦੀ ਉਹਦੇ ਵਿੱਚ ਕੋਵੈਕਸੀਨ ਨੂੰ ਮੰਨਤਾ ਹੀ ਨਹੀਂ ਉਹਦੇ ਵਿੱਚ ਕੋਵੀ ਸ਼ੀਲਡ ਨੂੰ ਮੰਨਤਾ ਫਾਈਜ਼ਰ ਨੂੰ ਮੰਨਤਾ ਹੋਰ ਕਈ ਦਵਾਈਆਂ ਨੂੰ ਹੋਰ ਕਈ ਟੀਕੇ ਨੂੰ ਹੈਗੀ ਆ ਭਾਰਤ ਦੇ 2 ਕਰੋੜ ਤੋਂ ਵੱਧ ਲੋਕਾਂ ਨੇ ਕੋਵੈਕਸੀਨ ਲਵਾਈ ਆ ਪ੍ਰਧਾਨ ਮੰਤਰੀ ਮੋਦੀ ਨੇ ਵੀ ਲਵਾਈ ਆ ਉਦੋਂ ਗੱਲ ਕਹਦੇ ਸੀ ਕਿ ਭਾਰਤ ਵਿੱਚ ਬਣੀ ਹੋਈ ਵੈਕਸੀਨ ਹੀ ਹਮ ਲੇਗੇ ਉਦੋਂ ਕਹਿੰਦੇ ਸੀ ਸਪੂਤਨਿਕ ਤੋਂ ਕੀ ਆਪਾਂ ਲੈਣਾ ਇਹ ਬਾਹਰਲੀ ਦਵਾਈ ਦਾ ਕੋਈ ਕੰਮ ਨਹੀਂ ਆਪਾਂ ਇੱਥੇ ਹੋਮ ਮੇਡ ਦੀ ਗੱਲ ਕਰਦੇ ਆ ਆਪਣੇ ਦੇਸ਼ ਤੋਂ ਬਣੀ ਦੀ ਗੱਲ ਕਰਦੇ ਆ ਤੇ ਮਤਲਬ ਇਹ ਆ ਵੀ ਲੋਕਾਂ ਨੂੰ ਹੁਣ ਤੱਕ ਬੇਵਕੂਫੀ ਬਣਾਈ ਗਈ ਨਹੀਂ ਪਰ ਟੈਣਾ ਸਭ ਸਵਾਲਾਂ ਦਾ ਸਵਾਲ ਇਹ ਹੈ ਕਿ ਹੁਣ ਤਾਂ ਇਹ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਨੇ ਵੀ ਕੋਵੈਕਸਿਨ ਲਵਾਈ ਆ ਉਹ ਵਿਦੇਸ਼ੀ ਯਾਤਰਾ ਨਹੀਂ ਕਰ ਸਕਦੇ ਲੋਕਾਂ ਦਾ ਕਸੂਰ ਕੀ ਹੈ ਭਾਈ ਤੁਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਇੱਕ ਡੋਜ਼ ਲਵਾ ਲਓ ਇੰਨੀ ਦੇਰ ਬਾਅਦ ਦੂਸਰੀ ਡੋਜ਼ ਲੱਗੂਗੀ ਲੋਕਾਂ ਨੇ ਉਸ ਤਰੀਕੇ ਨਾਲ ਕੀਤਾ ਸਾ ਉਹਨਾਂ ਨੇ ਦੋ ਦੋ ਡੋਜ਼ਿਸ ਵੀ ਲਵਾ ਲੀਆਂ ਪਰ ਉਹਨਾਂ ਨੇ ਇਹ ਸੋਚ ਕੇ ਲਵਾਈਆਂ ਹੋਣਗੀਆਂ ਬਹੁਤੇ ਆਨੇ ਕਿ ਕਿਸੇ ਦਾ ਧੀ ਪੁੱਤ ਵਿਦੇਸ਼ ਦੇ ਵਿੱਚ ਹੈ ਕਿਸੇ ਦਾ ਆਪਣਾ ਕਾਰੋਬਾਰ ਵਿਦੇਸ਼ ਦੇ ਵਿੱਚ ਹੈ ਵੀ ਸਾਡਾ ਆਉਣਾ ਜਾਣਾ ਸੌਖਾ ਹੋ ਜਾਏ ਅਸੀਂ ਬਤਾਰ ਰਖਿਆ ਆਪਣਾ ਹੈਨਾ ਹੁਣ ਉਹਨਾਂ ਲੋਕਾਂ ਨੇ ਤੁਹਾਡੇ ਕਹਿ ਮੁਤਾਬਕ ਸਾਰਾ ਕੁਝ ਕਰ ਲਿਆ ਤਾਂ ਉਹਨਾਂ ਦਾ ਕਸੂਰ ਕੀ ਸੀ ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਜਿਨੇ ਕੋ ਵੈਕਸੀਨ ਬਣਾਈ ਹੈ ਕੰਪਨੀ ਨੇ ਉਹਨੇ ਸਾਰੇ ਕਾਗਜ਼ ਪੱਤਰ WHO ਨੂੰ ਭੇਜੇ ਆ ਵੀ ਭਾਈ ਸਾਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਿਲ ਕਰੋ ਸਾਨੂੰ ਕਿਉਂ ਬਾਹਰ ਕੱਢਿਆ ਪਰ ਇਹ ਟਾਈਮ ਸਰ ਨਹੀਂ ਚੇਤਾ ਆ ਗਿਆ ਬਿਲਕੁਲ ਸਹੀ ਪਰ ਹੁਣ ਅੱਗੋ WHO ਨੇ ਕਿਹਾ ਵੀ ਜੂਨ ਮਹੀਨੇ ਚ ਸਾਡੀ ਮੀਟਿੰਗ ਹੋਣੀ ਆ ਉਸ ਮੀਟਿੰਗ ਦੇ ਵਿੱਚ ਤੁਹਾਡੇ ਸਾਰੇ ਦਸਤਾਵੇਜ਼ ਵੇਖਾਂਗੇ ਚੈੱਕ ਕਰਾਂਗੇ ਫਿਰ ਫੈਸਲਾ ਕਰਦੇ ਆ ਕੀ ਕਹੀਏ ਇਹਨਾਂ ਬਾਰੇ ਸੱਚੀ ਲਫ਼ਜ਼ ਖਤਮ ਹੋ ਜਾਂਦੇ ਨੇ ਵੀ ਲੋਕ ਵਿਚਾਰੇ ਆਪਣਾ ਆਪ ਨੂੰ ਠੱਗਿਆ ਹੀ ਮਹਿਸੂਸ ਕਰਦੇ ਆ ਵੀ ਅਸੀਂ ਸਰਕਾਰਾਂ ਦੇ ਕਹਿ ਮਤਾਬਕ ਚੱਲਦੇ ਵੀ ਆ ਸਾਰਾ ਕੁਝ ਕਰਦੇ ਵੀ ਆ ਆਪਣਾ ਪੂਰੀ ਤਰ੍ਹਾਂ ਦੇ ਨਾਲ ਇਨਕਮ ਟੈਕਸ ਵੀ ਦਿੰਨੇ ਆ ਅਸੀਂ ਸਰਕਾਰਾਂ ਜੋ ਜੋ ਹਦਾਇਤਾਂ ਜਾਰੀ ਕਰਦੀਆਂ ਨੇ ਉਹ ਸਾਰਾ ਕੁਝ ਮੰਨਦੇ ਵੀ ਆ ਪਰ ਅੰਤ ਨੂੰ ਜੇ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ ਲੋਕ ਕਿੱਥੇ ਜਾਣਗੇ ਦੱਸੋ ਕੋਈ ਹੱਲ ਨਹੀਂ ਹਾਲ ਦੀ ਘੜੀ ਬਿਲਕੁਲ ਤੇ ਬਾਕੀ ਫਿਲਹਾਲ ਹੁਣ ਆਪਾਂ ਚਲੀਏ ਸਾਢੇ 4 ਦਾ ਹੋ ਗਿਆ ਵੇਲਾ ਜੀ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡਤਾ ਹੀ ਪਚਾਇਓ ਮੁਰ ਤੋਂ ਫੇਰ ਮੁਲਾਕਾਤਾਂ ਹੋਣਗੀਆਂ ਤਦ ਤੱਕ ਦੇ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੈਕ 0 ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਲੋ ਆਦੀ ਹਾਜ਼ਰ ਜੱਜਦਾ ਵਿਚਾਰ